ਕਿਵੇਂ ਆ ਵੀਰੇ? ਇੱਥੇ ਪੈਂਦਾ ਜੀ, ਦੇਖੋ ਤੁਸੀਂ ਇਹ ਵੀਰ ਜਿੱਥੇ ਵੀ ਇਹਨੂੰ ਜਗ੍ਹਾ ਮਿਲ ਜਾਂਦੀ ਹੈ ਪੂਰੇ ਘਰ ਦੇ ਵਿੱਚ ਅਤੇ ਕਿਹੜੇ ਹਾਲਾਤਾਂ ਦੇ ਵਿੱਚ ਇਹ ਜੀ ਰਿਹਾ। ਕੀ ਨਾਮ ਆ ਵੀਰੇ ਤੁਹਾਡਾ? ਅਤੇ ਅਸੀਂ ਦੱਸਣਾ ਚਾਹੁੰਦੇ ਹਾਂ ਜੀ, ਇਹ ਵੀਰ ਵੀ ਵਿਦੇਸ਼ਾਂ ਦੀ ਧਰਤੀ 'ਤੇ ਜਾ ਕੇ ਆਇਆ ਕਿਸੇ ਸਮੇਂ, ਬਹਿਰੀਨ ਦੇ ਵਿੱਚ ਇਹ ਵੀਰ ਗਿਆ ਆਪਦੇ ਕੰਮ ਦੇ ਸਿਲਸਿਲੇ ਦੇ ਵਿੱਚ। ਉਸ ਤੋਂ ਬਾਅਦ ਤੁਸੀਂ ਦੇਖੋ ਅੱਜ ਦੇ ਕੀ ਹਾਲਾਤ ਨੇ। ਸਿਰਫ ਇੱਕ ਆਪਦੇ ਫਾਦਰ ਦੀ ਮੌਤ 'ਤੇ ਪੰਜਾਬ ਮਿਲਣ ਆਇਆ ਸੀ, ਇੱਕ ਦੁੱਖ ਦੇ ਵਿੱਚ ਆਇਆ ਸੀ। ਮੇਰੀ ਨਿਗਾਹ ਇੱਕ ਨਾ ਆਰਮੀ ਦੀ ਵਰਦੀ ਦੇ ਉੱਪਰ ਪਈ ਆ ਜੀ। ਦੇਖੋ ਤੁਸੀਂ ਮਾਂ ਬਾਪ ਇਹਦੇ, ਜਿਹੜੇ ਵੀਰ ਦੇ ਇਹਦੇ ਪਿਤਾ ਜੀ ਜਿਹੜੇ ਨੌਕਰੀ ਕਰਦੇ ਸੀ, ਇਹ ਉਹਨਾਂ ਦੀ ਵਰਦੀ ਬੜੀ ਸਤਿਕਾਰਯੋਗ ਹੁੰਦੀ ਹੈ ਜੀ। ਕਿਸੇ ਟਾਈਮ ਇਹਦੇ ਪਿਤਾ ਜੀ ਚਾਵਾਂ ਨਾਲ ਇਹਨੂੰ ਪਹਿਣਦੇ ਹੋਣਗੇ। ਇਹ ਚਰਨਜੀਤ ਦੀ ਛੋਟੇ ਹੁੰਦੇ ਦੀ ਫੋਟੋ ਆਈ, ਇਸ ਵੇਲੇ ਤਾਂ ਮਾਂ ਬਾਪਾਂ ਨੇ ਵੀ ਨਹੀਂ ਸੋਚਿਆ ਹੋਣਾ ਐਸਾ ਕਾਰਜ ਕਰੇ ਜੀ। ਜੀ ਹੋ ਕੀ ਰਿਹਾ ਪੰਜਾਬ ਦੇ, ਕਿੰਨੇ ਪਿੰਡਾਂ ਦੇ ਹਾਲਾਤ ਨੇ ਜੀ। ਬਿਲਕੁਲ, ਇਹ ਡਿਪਰੈਸ਼ਨ ਹੀ ਹੈ ਜਿਹੜਾ ਇਹਨਾਂ ਨੇ ਦੱਸਿਆ ਨਾ ਕਿ ਮੈਨੂੰ ਆਹ ਦਿਖਦੇ ਨੇ, ਜਿੱਦਾਂ ਆਪਣੇ ਵਾਲੇ ਅੱਜ ਕੱਲ੍ਹ ਥੋੜੇ ਜਿਹੇ ਵਹਿਮਾਂ ਭਰਮਾਂ 'ਚ ਪੈ ਜਾਂਦੇ ਆ, ਪਰ ਉਹ ਡਬਲ ਸਟੋਰੀ ਬਣੀ ਆ। ਦੇਖੋ ਤੁਸੀਂ ਕਿੱਦਾਂ ਇਹ ਘਰ ਜਿਹੜਾ ਟੁੱਟ ਚੁੱਕਿਆ, ਹਾਲਾਤ ਦੇਖੋ ਤੁਸੀਂ, ਮਤਲਬ ਸਾਡਾ ਵੀ ਕਿਤੇ ਨਾ ਕਿਤੇ ਰੂਹ ਕੰਬਦੀ ਆ ਦੇਖ ਕੇ। ਕਿਤੇ ਕਿਤੇ ਇੱਦਾਂ ਦੇ ਘਰਾਂ 'ਚ ਆ ਕੇ ਲੱਗਦਾ ਵੀ ਮਹਾਰਾਜ ਨੇ ਕਿੰਨਾ ਵਧੀਆ ਰਸਤਾ ਮਹਾਰਾਜ ਨੇ ਸਾਨੂੰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਇਸ ਟਾਈਮ ਰਾਏਪੁਰ ਰਾਈਆਂ ਪਿੰਡ ਦੇ ਵਿੱਚ ਹਾਂ ਜੀ, ਜ਼ਿਲ੍ਹਾ ਜਲੰਧਰ ਦੇ ਵਿੱਚ। ਕਿਹੜਾ ਨੇੜੇ ਦੱਸਿਆ? ਤਹਿਸੀਲ ਫਲੌਰ ਦੇ ਨੇੜੇ ਹਾਂ ਜੀ ਅਸੀਂ, ਔਰ ਰਾਹੋਂ ਰੋਡ ਦੇ ਉੱਪਰ ਇਹ ਪਿੰਡ ਹੈ ਜੀ। ਇੱਕ ਤੁਹਾਨੂੰ ਅਸੀਂ ਹਾਲਾਤ ਦਿਖਾਉਣ ਲੱਗੇ ਹਾਂ, ਇਹ ਤੁਸੀਂ ਦੇਖੋ ਘਰ ਦੇ ਕੀ ਹਾਲਾਤ ਨੇ। ਇੱਕ ਇਨਸਾਨ ਜਿਹੜਾ ਕਹਿ ਦਈਏ ਨਰਕ ਭਰੀ ਜ਼ਿੰਦਗੀ ਉਹ ਕੱਟਣ 'ਤੇ ਮਜਬੂਰ ਹੈ ਜੀ। ਘਰ ਦੇ ਵਿੱਚ ਨਾ ਮਾਂ ਨਾ ਬਾਪ, ਇਕੱਲਾ ਹੀ ਜਿਹੜਾ ਇੱਥੇ ਜਿਹੜਾ ਕਹਿ ਦਈਏ ਘਰ ਦਾ ਸਾਰਾ ਜਿਹੜਾ ਫਰਨੀਚਰ ਇਹਨੇ ਵੀਰ ਨੇ ਟੈਨਸ਼ਨ ਦੇ ਵਿੱਚ ਤੋੜਤਾ ਜੀ। ਇੱਕ ਇੱਕ ਚੀਜ਼ ਘਰ ਦੀ ਖਰਾਬ ਹੋ ਗਈ। ਜਦੋਂ ਘਰ ਦੇ ਵਿੱਚ ਕੋਈ ਜੀਨਾ ਨਾ ਹੋਵੇ ਜੀ, ਅੱਗਾਂ ਤੱਕ ਲਾ ਦਿੱਤੀਆਂ। ਵੀਰੇ ਇਹਦੇ ਮਾਂ ਬਾਪ ਹੈਗੇ ਜੀ ਮੁੰਡੇ ਦੇ? ਓਕੇ ਜੀ, ਆ ਜਾਓ ਜੀ, ਆ ਜਾਓ ਵੀਰੇ, ਆ ਜਾਓ। ਉਹ ਕਿਵੇਂ ਆ ਵੀਰੇ? ਇੱਥੇ ਪੈਂਦਾ ਜੀ, ਦੇਖੋ ਤੁਸੀਂ ਇਹ ਵੀਰ ਜਿੱਥੇ ਵੀ ਇਹਨੂੰ ਜਗ੍ਹਾ ਮਿਲ ਜਾਂਦੀ ਹੈ ਪੂਰੇ ਘਰ ਦੇ ਵਿੱਚ। ਅਸੀਂ ਤੁਹਾਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਜਿਹੜੀਆਂ ਸੰਗਤਾਂ ਬੈਠੀਆਂ ਨੇ ਨਾ ਵੱਖ ਵੱਖ ਥਾਵਾਂ 'ਤੇ, ਉਹਨਾਂ ਨੂੰ ਅਸਲ ਹਾਲਾਤ ਪਤਾ ਲੱਗ ਸਕਣ। ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਅਸਲ ਹਾਲਾਤ ਕੀ ਨੇ। ਤੁਸੀਂ ਇਹ ਦੇਖੋ ਵੀ ਕਿੰਨੀ ਗੰਦਗੀ ਦੇ ਵਿੱਚ ਇਨਸਾਨ ਆ ਅਤੇ ਕਿਹੜੇ ਹਾਲਾਤਾਂ ਦੇ ਵਿੱਚ ਇਹ ਜੀ ਰਿਹਾ। ਕੀ ਨਾਮ ਆ ਵੀਰੇ ਤੁਹਾਡਾ? ਹੈ ਜੀ, ਕੀ ਨਾਮ ਆ ਵੀਰੇ? ਵੀਰੇ ਕੀ ਨਾਮ ਆ ਜੀ ਇਹਨਾਂ ਦਾ? ਚਰਨਜੀਤ, ਚਰਨਜੀਤ ਸਿੰਘ ਆ ਜੀ ਵੀਰ ਦਾ ਨਾਮ। ਤੁਸੀਂ ਦੇਖੋ ਹਾਲਾਤ ਘਰ ਦੇ, ਮੈਂ ਕਹੂੰਗਾ ਘਰ ਦੇ ਹਾਲਾਤਾਂ ਤੋਂ ਹੀ ਸੰਗਤ ਨੂੰ ਪਤਾ ਲੱਗਣਾ ਵੀ ਇਨਸਾਨ ਨੇ ਕਿੰਨੇ ਕੁ ਟਾਈਮ ਤੋਂ ਨਰਕ ਕੱਟਿਆ ਹੋਊਗਾ। ਫਰਨੀਚਰ ਦਾ ਦੇਖੋ ਤੁਸੀਂ, ਇਹ ਆਰਮੀ ਦੀ ਫੋਟੋ ਜਿਹੜੀ ਲੱਗੀ ਵੀ ਹੈ, ਕੌਣ ਸੀਗੀ ਆਰਮੀ 'ਚ? ਇਹਦੇ ਬ੍ਰਦਰ ਵੀ, ਆ ਜਾਓ ਭੈਣੇ, ਇਹਦੇ ਬ੍ਰਦਰ ਵੀ ਆਰਮੀ 'ਚ ਸੀਗੇ, ਇਹਦੇ ਫਾਦਰ ਵੀ ਆਰਮੀ 'ਚ ਸੀਗੇ। ਇਹਨਾਂ ਦੇ ਫਾਦਰ ਸਾਹਿਬ ਦਾ ਕੀ ਨਾਮ ਆ ਜੀ? ਧੰਨਾ ਰਾਮ। ਇਹਨਾਂ ਦੇ ਬ੍ਰਦਰ ਦਾ? ਅਤੇ ਅਸੀਂ ਦੱਸਣਾ ਚਾਹੁੰਦੇ ਹਾਂ ਜੀ, ਇਹ ਵੀਰ ਵੀ ਵਿਦੇਸ਼ਾਂ ਦੀ ਧਰਤੀ 'ਤੇ ਜਾ ਕੇ ਆਇਆ ਕਿਸੇ ਸਮੇਂ। ਇਹ ਬਹਿਰੀਨ ਕਿਹੜੀ ਕੰਟਰੀ? ਬਹਿਰੀਨ, ਬਹਿਰੀਨ ਦੇ ਵਿੱਚ ਇਹ ਵੀਰ ਗਿਆ ਆਪਦੇ ਕੰਮ ਦੇ ਸਿਲਸਿਲੇ ਦੇ ਵਿੱਚ। ਉਸ ਤੋਂ ਬਾਅਦ ਤੁਸੀਂ ਦੇਖੋ ਅੱਜ ਦੇ ਕੀ ਹਾਲਾਤ ਨੇ। ਬੜੇ ਭੈਣ ਭਰਾ ਹੋਣਗੇ ਜਿਹੜੇ ਬਹਿਰੀਨ ਦੇ ਵਿੱਚ ਕੰਮ ਕਰ ਕਰਕੇ ਅੱਜ ਪੂਰਾ ਜਿਹੜਾ ਆਪਣਾ ਪ੍ਰਬੰਧ ਕਰੀ ਬੈਠੇ ਨੇ, ਕੋਈ ਟਰਾਲੇ ਚਲਾਉਂਦੇ ਨੇ, ਕੋਈ ਕੋਈ ਕੰਮ ਕਰਦੇ ਨੇ, ਪਰ ਇਸ ਵੀਰ ਦੀ ਕਿਸਮਤ ਇਹਨੂੰ ਕਿੱਥੇ ਖਿੱਚ ਲਈ? ਦੁਬਾਰਾ ਇਹਦੇ ਰਾਏਪੁਰ ਰਾਈਆਂ ਪਿੰਡ ਦੇ ਵਿੱਚ ਖਿੱਚ ਲਈ। ਇਸ ਇਨਸਾਨ ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਕਾਮਯਾਬ ਹੋਣ ਦੀ, ਪਰ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਜੋ ਮਨਜ਼ੂਰ ਆ, ਜਿੱਥੇ ਦਾ ਅੰਨ ਜਲ ਜਿਹੜਾ ਛਕਣਾ ਨਾ ਜੀ, ਉਹ ਹਰ ਹੀਲੇ ਇਨਸਾਨ ਨੂੰ ਛਕਣਾ ਪੈਂਦਾ ਜੀ। ਔਰ ਇਸ ਵੀਰ ਦੀ ਜਦੋਂ ਸਾਨੂੰ ਵੀਡੀਓ ਭੇਜੀ ਵੀਰ ਉਹਨਾਂ ਨੇ, ਤਾਂ ਸਾਨੂੰ ਵੀ ਲੱਗਿਆ ਵੀ ਇੱਦਾਂ ਦੇ ਇਨਸਾਨ ਨੇ ਜਿਹੜੇ ਨਾ ਜੀ, ਉਹ ਪੰਜਾਬ 'ਚ ਰੁਲਣੇ ਨਹੀਂ ਚਾਹੀਦੇ ਜੀ। ਵੀਰੇ ਇਹਨੂੰ ਕਿੰਨੇ ਸਾਲ ਹੋ ਗਏ ਇਸ ਹਾਲਾਤਾਂ ਦੇ ਵਿੱਚ? ਕੋਈ ਨਹੀਂ, ਕਿੰਨੇ ਸਾਲ ਹੋ ਗਏ ਵੀਰੇ? ਅੱਛਾ ਜੀ, ਪਹਿਲਾਂ ਹੈਗਾ ਸੀਗੇ, ਬਿਮਾਰ ਰਹਿੰਦੇ ਸੀਗੇ ਸਾਡੇ ਭੂਆ ਜੀ, ਉਸ ਟਾਈਮ ਹੈਗੇ ਸੀ, ਉਹ ਦਵਾਈ ਦਾਰੂ ਦਿੰਦੇ ਰਹਿੰਦੇ ਸੀ ਇਹਨਾਂ ਨੂੰ ਲੈ ਕੇ।
ਮਤਲਬ ਜਿੰਨਾ ਚਿਰ ਮਾਂ ਬਾਪ ਸੀ ਉਹਨਾਂ ਚ ਠੀਕ ਸੀ ਕੁਝ। ਹਾਂਜੀ ਮਾਤਾ ਦੇ ਟਾਈਮ ਠੀਕ ਸੀ, ਉਦਾਂ ਹੈਗੇ ਸੀਗੇ ਅਪਸੈਟ ਪਰ ਦਵਾਈ ਦੇ ਦਿੰਦੇ ਸੀ ਜਦੋਂ ਵੀਰੇ ਬਹਿਰੀਨ ਗਿਆ ਬਾਈ, ਉਦੋਂ ਮਤਲਬ ਕੋਈ ਪ੍ਰੋਬਲਮ ਤਾਂ ਨਹੀਂ ਸੀ? ਨਹੀਂ ਉਦੋਂ ਐਨ ਬਈ ਸੀ। ਕੀ ਕਾਰਨ, ਕਿੰਨਾ ਟਾਈਮ ਲਾਇਆ ਉੱਥੇ ਵੀਰੇ ਨੇ? ਉੱਥੇ ਲਾਏ 3-4 ਸਾਲ ਲੱਗਦੇ। ਅੱਛਾ, ਕੀ ਕਾਰਨ ਬਣੇ ਫਿਰ ਵਾਪਸ ਆ ਗਏ? ਇੱਥੇ ਡੈਥ ਹੋ ਗਈ ਸੀਗੀ ਅਤੇ ਭੂਆ ਜੀ ਹੁਣੀ ਬੁਲਾ ਲਿਆ ਇਹਨਾਂ ਦੇ, ਉਹੀ ਸਦਮਾ ਲੱਗ। ਓਕੇ, ਸਿਰਫ ਇੱਕ ਆਪਣੇ ਫਾਦਰ ਦੀ ਮੌਤ 'ਤੇ ਪੰਜਾਬ ਮਿਲਣ ਆਇਆ ਸੀ, ਇੱਕ ਦੁੱਖ ਦੇ ਵਿੱਚ ਆਇਆ ਸੀ, ਹੈ ਨਾ, ਅਤੇ ਉਸ ਤੋਂ ਬਾਅਦ ਵਾਪਸ ਨਹੀਂ ਗਿਆ, ਹੈ ਨਾ। ਓਕੇ, ਭੈਣੇ ਕੀ ਕਾਰਨ ਬਣੇ ਜੀ ਬਾਈ ਦੇ ਆ ਹਾਲਾਤ? ਦੇਖੋ ਇਨਸਾਨ ਚਰਨਜੀਤ ਤੁਰੇ ਆ ਵੀਰੇ, ਆ ਚਰਨਜੀਤ ਨੂੰ ਰੋਕ ਕੇ ਮੜਿਆ, ਚਰਨਜੀਤ ਤੁਰੀ ਆ ਜਾ ਵੀਰੇ, ਚਰਨਜੀਤ ਤੁਰੀ ਆ ਜਾ ਵੀਰੇ, ਚਰਨਜੀਤ ਕਿਵੇਂ ਆ ਵੀਰੇ? ਹੈ ਚਰਨਜੀਤ, ਦੇਖੋ ਹਾਲਾਤ ਚਰਨਜੀਤ ਸਿੰਘ ਦੇ, ਚਰਨਜੀਤ ਦੱਸਿਆ ਤੁਸੀਂ ਨਾਮ? ਵਾਹਿਗੁਰੂ ਵਾਹਿਗੁਰੂ, ਤੁਸੀਂ ਦੇਖੋ ਮੈਂ ਕਹੂੰਗਾ ਦਿਖਾਇਓ ਇੱਕ ਵਾਰੀ ਹਾਲਾਤ ਇਸ ਵੀਰ ਦੇ। ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਆਹ ਦੇਖੋ ਤੁਸੀਂ, ਮੈਂ ਕਹੂੰਗਾ ਮੇਰੀ ਨਿਗਾਹ ਇੱਕ ਨਾ ਆਰਮੀ ਦੀ ਵਰਦੀ ਦੇ ਉੱਪਰ ਪਈ ਆ ਜੀ, ਦੇਖੋ ਤੁਸੀਂ ਮਾਂ ਬਾਪ ਇਹਦੇ ਜਿਹੜੇ ਵੀਰ ਦੇ, ਇਹਦੇ ਪਿਤਾ ਜੀ ਜਿਹੜੇ ਨੌਕਰੀ ਕਰਦੇ ਸੀ, ਇਹ ਉਹਨਾਂ ਦੀ ਵਰਦੀ ਇਹਨਾਂ ਦੇ ਬ੍ਰਦਰ ਦੀ ਹੋਣੀ, ਆਪਾਂ ਇਹਨੂੰ ਜਿਹੜਾ ਇੱਕ ਸਾਈਡ 'ਤੇ ਰੱਖਦੇ ਹਾਂ ਕਿਉਂਕਿ ਵਰਦੀ ਬੜੀ ਸਤਿਕਾਰਯੋਗ ਹੁੰਦੀ ਹੈ ਜੀ, ਕਿਸੇ ਟਾਈਮ ਇਹਦੇ ਪਿਤਾ ਜੀ ਚਾਵਾਂ ਨਾਲ ਇਹਨੂੰ ਪਹਿਨਦੇ ਹੋਣਗੇ, ਆ ਸਾਰਾ ਘਰ ਇਹਨੇ ਖੰਡਰ ਬਣਾਤਾ ਜੀ, ਇੱਕ ਬਾਪ ਦੀ ਮੌਤ ਨਹੀਂ ਇੰਨਾ ਝੰਝੋੜ ਕੇ ਰੱਖਤਾ ਇਨਸਾਨ ਨੂੰ ਵੀ ਸਾਰੇ ਘਰ ਨੂੰ ਇਹ ਨਰਕ ਬਣਾਤਾ ਇਨਸਾਨ ਨੇ, ਪਰ ਕਿਸੇ ਸਮੇਂ ਵਿਦੇਸ਼ਾਂ ਦੀ ਧਰਤੀ 'ਤੇ ਘੁੰਮਣ ਵਾਲਾ ਇਨਸਾਨ ਅੱਜ ਆਪਣੇ ਘਰ ਦੇ ਵਿੱਚ ਕੈਦ ਹੋ ਕੇ ਰਹਿ ਗਿਆ, ਤੰਬਾਕੂ ਇਹ ਤੰਬਾਕੂ ਪਿਆ ਜੀ, ਇੱਕ ਇਕੱਲਾ ਤੰਬਾਕੂ ਖਾਂਦਾ ਜੀ, ਔਰ ਉਸ ਤੋਂ ਬਾਅਦ ਦੇਖੋ ਤੁਸੀਂ ਮਾਵਾਂ ਨੇ ਕਿੰਨੇ ਚਾਵਾਂ ਨਾਲ, ਦੇਖੋ ਤੁਸੀਂ ਕਿਸੇ ਟਾਈਮ ਲੰਗਰ ਲਾਇਆ ਹੋਣਾ ਜੀ, ਅਤੇ ਰਵਿਦਾਸ ਜੀ ਦੇ ਨਾਮ 'ਤੇ ਗੁਰੂ ਰਵਿਦਾਸ ਮੰਦਿਰ ਸਭਾ ਜਿਹੜਾ, ਉਹਦੀਆਂ ਪਰਚੀਆਂ ਕੱਟੀਆਂ ਹੋਣੀਆਂ, ਇਹ ਉਹ ਪਰਚੀ ਪਈ ਆ, ਪਤਾ ਨਹੀਂ ਇਹਨਾਂ ਨੇ ਲਾਇਆ ਹੋਣਾ ਜਾਂ ਇਹਨਾਂ ਦੇ ਪਿਤਾ ਜੀ ਨੇ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਘਰ ਦੇ ਵਿੱਚ ਨੇ, ਪਰ ਤੁਸੀਂ ਦੇਖੋ ਇਨਸਾਨ ਦੇ ਕੈਸੇ ਹਾਲਾਤ ਜਿਹੜੇ ਬਣ ਜਾਂਦੇ ਨੇ। ਅੱਛਾ, ਇਹਨਾਂ ਦੇ ਬ੍ਰਦਰ ਨੇ ਆਰਮੀ ਦੇ ਵਿੱਚ ਕਸ਼ਮੀਰ ਦੇ ਵਿੱਚ 3-4 ਅੱਤਵਾਦੀ ਮਾਰੇ। ਓਕੇ, ਹੁਣ ਉਹ ਵੀਰੇ ਭਰਾ ਦੀ ਵੀ ਮੌਤ ਹੋ ਗਈ, ਹੈ ਨਾ, ਦੇਖੋ ਵੀਰ ਨੇ ਦੱਸੀ ਆ ਕਿੱਡੀ ਵੱਡੀ ਗੱਲ ਜੀ, ਵੀ ਬ੍ਰਦਰ ਨੇ ਅੱਤਵਾਦੀਆਂ ਨੂੰ ਮਾਰਿਆ ਉੱਥੇ, ਤਾਂ ਉਹਦਾ ਜਿਹਦੀ ਮੌਤ ਹੁੰਦੀ ਆ ਤਾਂ ਉਸ ਤੋਂ ਬਾਅਦ ਜਿਹੜਾ ਬਹੁਤ ਜ਼ਿਆਦਾ ਮੈਂਟਲੀ ਇਨਸਾਨ ਹੋ ਗਿਆ ਜੀ, ਪਰ ਇੱਦਾਂ ਦੇ ਘਰਾਂ 'ਚ ਆ ਕੇ ਨਾ ਜੀ ਮਹਿਸੂਸ ਕਰਕੇ ਦੇਖੋ ਆਪ ਜੀ, ਸਾਰੇ ਭੈਣ ਭਰਾ ਵੀ ਆਪ ਜੀ ਮਹਿਸੂਸ ਕਰੋ ਵੀ ਐਸੇ ਕਿੱਦਾਂ ਇਨਸਾਨ ਰਹਿੰਦਾ, ਉਹ ਕਿੰਨੀਆਂ ਖੁਸ਼ੀਆਂ ਹੋਣੀਆਂ ਇਸ ਘਰ ਦੇ ਵਿੱਚ, ਔਰ ਇੱਥੋਂ ਦੇ ਦੇਖੋ ਤੁਸੀਂ ਡਾਕੂਮੈਂਟ ਨਹੀਂ ਸਮਝ ਆ ਰਿਹਾ ਕੁਛ ਨਾ ਕੁਛ। ਹਾਂਜੀ ਹਾਂਜੀ ਹਾਂਜੀ, ਦੇਖੋ ਭੈਣੇ ਇਹ ਕਿਹਦੀ ਫੋਟੋ ਹੈ ਜੀ? ਇਹਦੀ ਉਹ ਚਰਨਜੀਤ ਦੀ ਹੈ। ਹਾਂਜੀ, ਇਹ ਚਰਨਜੀਤ ਦੀ ਛੋਟੇ ਹੁੰਦੇ ਦੀ ਫੋਟੋ ਆਈ, ਇਸ ਵੇਲੇ ਤਾਂ ਮਾਂ ਬਾਪਾਂ ਨੇ ਵੀ ਨਹੀਂ ਸੋਚਿਆ ਹੋਣਾ ਵੀ ਚਰਨਜੀਤ ਦੇ ਇਹ ਹਾਲਾਤ ਬਣ ਜਾਣਗੇ। ਹਾਂਜੀ ਹਾਂਜੀ, ਇਹ ਕੋਈ ਬਣਾਇਆ ਹੋਣਾ ਕੁਛ, ਇਹ ਕੀ ਹੈ ਵੀਰੇ? ਹੰਢਾਏ ਦਾ ਕੁਛ ਲਿਤਾ ਹੋਣਾ। ਹਾਂਜੀ ਭੈਣੇ, ਵਾਹਿਗੁਰੂ। ਚਲੋ ਕੋਈ ਆਈ ਡੀ ਪਰੂਫ ਹੈਗਾ ਤਾਂ ਸਾਮੋ ਵੀਰੇ। ਹਾਂਜੀ ਉਹ ਤੁਸੀਂ ਨਾ ਆਪਾਂ ਬਾਅਦ 'ਚੋਂ ਦੇਖਿਓ ਜੀ ਧਿਆਨ ਨਾਲ, ਹੈ ਨਾ। ਹਾਂਜੀ ਉਹਨਾਂ ਨੇ, ਠੀਕ ਹੈ ਜੀ, ਠੀਕ ਹੈ ਠੀਕ ਹੈ ਜੀ, ਮਤਲਬ ਘਰ ਦੇ ਵਿੱਚ ਕਮੀ ਤਾਂ ਕੋਈ ਨਹੀਂ ਸੀਗੀ ਪੈਸੇ ਦੀ ਜੀ, ਦੋ ਇਨਸਾਨ ਨੌਕਰੀ ਕਰਦੇ ਹੁਣ ਆਰਮੀ 'ਚ। ਹਾਂਜੀ ਹਾਂਜੀ, ਆਪਾਂ ਬਾਅਦ 'ਚੋਂ ਨਾ ਜੀ ਇਹਨਾਂ ਨੂੰ ਕਹਿੰਦੇ ਜੀ ਬਾਈਆਂ ਨੂੰ, ਆਹ ਫੜੀ ਵੀਰੇ ਤੁਸੀਂ ਸਾਰੇ ਫੜ ਲਓ ਹਾਂ, ਪਰ ਆਹ ਵੇਲਾ ਕਦੇ ਨਹੀਂ ਸੋਚਿਆ ਹੋਣਾ ਤੁਸੀਂ। ਦੇਖੋ ਦੋ ਵਾਰੀ ਵੀਰ ਦਾ ਵਿਆਹ ਵੀ ਹੋਇਆ, ਪਹਿਲੇ ਵਿਆਹ ਦੀ ਭੈਣੇ, ਚਲੋ ਉਹ ਵੀ ਮਜਬੂਰ ਹੁੰਦੇ ਨੇ, ਦੇਖੋ ਬਗਾਨੇ ਬਸ ਪੈ ਕੇ ਨਹੀਂ ਰਹਿ ਪਾਉਂਦਾ ਕੋਈ ਇਨਸਾਨ,
ਤੇ ਤੁਸੀਂ ਇਹ ਦੇਖੋ ਵੀ ਦੂਜੇ ਜਿਹੜੇ ਵਿਆਹ ਤੋਂ ਨੇ ਅੱਜ ਵੀ ਭੈਣ ਖੜੀ ਆ ਨਾਲ, ਹੈ ਨਾ, ਅੱਜ ਵੀ ਇੱਥੇ ਆਏ ਨੇ। ਹਾਂਜੀ ਜੀ ਬਿਲਕੁਲ ਬਿਲਕੁਲ। ਔਰ ਅਸੀਂ ਜਲੰਧਰ ਜ਼ਿਲ੍ਹੇ ਦੇ ਵਿੱਚ ਹਾਂ ਜੀ ਇਸ ਟਾਈਮ, ਤੁਸੀਂ ਦੇਖ ਰਹੇ ਹੋ। ਤੁਹਾਨੂੰ ਅਸੀਂ ਇਹ ਚੀਜ਼ਾਂ ਤਾਂ ਦਿਖਾਉਂਦੇ ਹਾਂ ਕਿਉਂਕਿ ਆਪਾਂ ਕਿਸੇ ਨਾ ਕਿਸੇ ਇਨਸਾਨ ਦੀ ਸੋਚ ਚੇਂਜ ਕਰ ਸਕੀਏ। ਕੋਈ ਨਾ ਕੋਈ ਇਨਸਾਨ ਇੱਦਾਂ ਦੀਆਂ ਚੀਜ਼ਾਂ ਨੂੰ ਦੇਖ ਕੇ ਪ੍ਰਭਾਵਿਤ ਹੋ ਕੇ ਹੋਰ ਕੋਈ ਆਪਣੇ ਨੇੜੇ ਤੇੜੇ ਕੋਈ ਐਸਾ ਕਾਰਜ ਕਰੇ। ਜੀ ਜੀ ਹੋ ਕੀ ਰਿਹਾ ਪੰਜਾਬ ਦੇ ਕਿੰਨੇ ਪਿੰਡਾਂ ਦੇ ਹਾਲਾਤ ਨੇ। ਜੀ ਬਿਲਕੁਲ ਜੀ। ਵਾਹਿਗੁਰੂ। ਚਰਨਜੀਤ ਆਹ ਫੋਟੋ ਦੇਖ ਕਿਹਦੀ ਆ ਵੀਰੇ? ਆਹ ਕਿਹਦੀ ਫੋਟੋ ਚਰਨਜੀਤ? ਇਹ ਕਿਹੜੇ ਸਨ ਦੀ ਫੋਟੋ ਹੋਣੀ ਤੁਹਾਡੀ? ਕਿੰਨੀ ਕੁ ਉਮਰ ਹੋਣੀ ਜਦ ਵੀਰੇ ਚਰਨਜੀਤ? ਜਦ ਇਹ ਫੋਟੋ ਖਿਚਾਈ ਸਾਨੂੰ ਉਦਾਂ ਉਹੀ ਕੁਛ ਯਾਦ ਹੈਗਾ। ਤੁਸੀਂ ਕਿੰਨਾ ਪੜ੍ਹੇ ਵੀ ਹੋ ਚਰਨਜੀਤ? ਚਰਨਜੀਤ ਵੀਰੇ ਤੁਸੀਂ ਪੜ੍ਹਾਈ ਕਿੰਨੀ ਕਰੀ ਵੀ ਆ? ਪੜ੍ਹਾਈ 3-4 ਪੜ੍ਹੇ ਆ ਜੀ। ਅੱਛਾ, ਤੁਸੀਂ ਫਿਰ ਬਹਿਰੀਨ ਜਦੋਂ ਗਏ ਸੀ ਉਹ ਕਿਹੜੇ ਸਨ 'ਚ ਗਏ ਤੇ ਵੀਰੇ ਯਾਦ ਕਰਕੇ ਦੱਸਿਓ? ਕੁਛ ਹੈਗਾ ਯਾਦ ਵੀਰੇ? ਕੋਈ ਉੱਥੇ ਦੋਸਤ ਮਿੱਤਰ ਹੋਣ ਬਹਿਰੀਨ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋਵੋ? ਤੁਸੀਂ ਉੱਥੇ ਬਹਿਰੀਨ 'ਚ ਕਿਹੜੇ ਸ਼ਹਿਰ 'ਚ ਰਹਿੰਦੇ ਸੀ? ਅੱਛਾ ਜੀ, ਉੱਥੇ ਕਿਹੜਾ ਸ਼ਹਿਰ 'ਚ ਰਹਿੰਦੇ ਅਤੇ ਕੀ ਕੰਮ ਕਰਦੇ ਸੀ ਤੁਸੀਂ? ਅੱਛਾ ਜੀ, 2 ਸਾਲ ਲਾ ਕੇ ਘਰ ਆ ਗਏ, ਹੈ ਨਾ? ਓਕੇ, ਅਤੇ ਤੁਹਾਡੇ ਮੰਮੀ ਡੈਡੀ ਕੀ ਕਰਦੇ ਸੀ? ਮੰਮੀ ਡੈਡੀ ਜਦੋਂ ਮੈਂ ਆਇਆ ਘਰੇ ਸੀ ਮਾਤਾ। ਅੱਛਾ, ਤੁਹਾਡੇ ਡੈਡੀ ਕੀ ਕੰਮ ਕਰਦੇ ਸੀ? ਡੈਡੀ ਜੀ ਇੱਥੇ ਪੁਲਿਸ ਪੁਲਿਸ ਵਿੱਚ ਹੈ ਜੀ। ਪੁਲਿਸ ਪੁਲਿਸ ਵਿੱਚ ਸੀ ਇੱਥੇ। ਅੱਛਾ ਜੀ, ਪਿੰਡ ਕਿਹੜੇ ਬਣਾਉਂਦੇ ਆ? ਕੁਛ ਯਾਰ ਮੇਰੀ ਨਾ ਚੜ ਗਿਆ, ਹਾਂਜੀ ਕੁਛ ਚੜਿਆ ਜੀ, ਬੜਾ ਦੇਖਿਓ। ਅੱਛਾ ਹਾਂਜੀ, ਚਰਨਜੀਤ ਵੀਰੇ ਤੁਸੀਂ ਮੈਨੂੰ ਇਹ ਦੱਸੋ ਤੁਹਾਡੇ ਜਿਹੜੇ ਡੈਡੀ ਸੀ ਉਹ ਕਿੱਥੇ ਨੌਕਰੀ ਕਰਦੇ ਸੀ? ਕਿੱਥੇ ਜੀ? ਆਮ ਫੌਜੀ ਸੀਗੇ ਇੱਥੇ ਦੇ। ਉਹ ਫੌਜੀ ਵੀ ਸੀਗੇ? ਫੌਜੀ, ਆਮ ਫੌਜੀ ਜਿਹੜੇ ਹੁੰਦੇ ਜੀ ਇੱਥੇ। ਅੱਛਾ, ਤੁਹਾਡਾ ਭਾਈ ਭਾਈ ਕਿੱਥੇ ਨੌਕਰੀ ਕਰਦਾ ਸੀ ਵੱਡਾ ਵੀਰਾ? ਉਹ ਵੀ ਉਹਨਾਂ ਦੇ ਨਾਲ ਉਹੀ ਥੋੜ੍ਹਾ ਜਿਹਾ ਕਹਿੰਦਾ ਹੋਣਾ ਮੇਰਾ ਡੈਡੀ ਇੱਦਾਂ ਦਾ ਹੈ ਮੈਂ ਵੀ ਬਣਾ। ਅੱਛਾ, ਤੁਸੀਂ ਨਹੀਂ ਫਿਰ ਫੌਜ 'ਚ ਗਏ? ਨਹੀਂ ਮੈਂ ਨਹੀਂ ਗਿਆ। ਤੁਸੀਂ ਫਿਰ ਬਾਹਰ ਵਗ ਗਏ, ਹੈ ਨਾ? ਫਿਰ ਬਾਹਰ ਤੋਂ ਤੁਸੀਂ ਮੁੜ ਕੇ ਕਦੋਂ ਆਏ ਵੀਰੇ? ਜਦੋਂ ਤੁਹਾਡੇ ਫਾਦਰ ਦੀ ਡੈਥ ਹੋਈ ਤੁਹਾਨੂੰ ਪਤਾ? ਹਾਂਜੀ ਹਾਂਜੀ। ਓਕੇ, ਦਰਅਸਲ ਚਰਨਜੀਤ ਦੇ ਜਿਹੜਾ ਸਦਮਾ ਜੀ ਉਹ ਤਾਂ ਇਹੀ ਆ ਜਿਹੜਾ ਭਾਈ ਅਤੇ ਫਾਦਰ ਦਾ, ਉਸ ਤੋਂ ਬਾਅਦ ਦੇ ਹਾਲਾਤ ਅੱਜ ਐਸੇ ਬਣ ਗਏ। ਸਾਡੀ ਭੈਣ ਸਾਡੇ ਨਾਲ ਆਏ ਨੇ ਰਾਵੀ ਕੌਰ ਜੀ, ਅੱਜ ਅਸੀਂ ਇੱਕ ਅੱਗੇ ਹੋਰ ਕੇਸ ਸਾਡੇ ਕੋਲ ਬਜ਼ੁਰਗ ਨੇ ਜਿਨ੍ਹਾਂ ਨੂੰ ਅਸੀਂ ਲੈਣ ਚੱਲੇ ਹਾਂ। ਮੈਨੂੰ ਕੱਲ੍ਹ ਵੀ ਪਤਾ ਲੱਗਿਆ ਸੀ ਵੀਰੇ ਉਹਨਾਂ ਨੇ ਬੜੀ, ਮੈਂ ਅੱਗੇ ਮੈਂ ਵੀ ਆਪਦਾ ਇੱਕ ਛੋਟਾ ਜਿਹਾ ਵਲੌਗ ਬਣਾਈ ਜਾਂਦੀ ਸੀ, ਮੈਂ ਉਹ 'ਚ ਦੱਸਿਆ ਵੀ ਵੀਰੇ ਉਹਨਾਂ ਨੇ ਮੈਨੂੰ ਇੱਕ ਵਾਰ ਵੀ ਨਾਂਹ ਨਹੀਂ ਕੀਤੀ ਕਿ ਉਹਨਾਂ ਦੇ ਵੀ ਮਤਲਬ ਚਲੋ ਇੱਥੇ ਤਾਂ ਫਿਰ ਵੀ ਅਸੀਂ ਖੜ੍ਹ ਸਕਦੇ ਹਾਂ ਨਾ, ਜਿੱਥੇ ਉਹ ਬਜ਼ੁਰਗ ਬੈਠੇ ਨੇ ਉੱਥੇ ਤੁਸੀਂ 2 ਮਿੰਟ ਵੀ ਨਹੀਂ ਖੜ੍ਹ ਸਕਦੇ, ਇੰਨੀ ਸਮੈਲ ਸੀ ਉੱਥੇ। ਅਤੇ ਵੀਰੇ ਉਹਨਾਂ ਨੇ ਮੈਨੂੰ ਇੱਕ ਵਾਰ ਵੀ ਨਾਂਹ ਨਹੀਂ ਕੀਤੀ। ਸੰਸਥਾਵਾਂ ਬਹੁਤ ਨੇ ਪਰ ਛੇਤੀ ਹੱਥ ਕੋਈ ਨਹੀਂ ਪਾਉਂਦਾ ਅਤੇ ਲੋੜ ਬਹੁਤ ਜ਼ਿਆਦਾ ਆ, ਅਤੇ ਇਸ ਚੀਜ਼ ਦੀ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਵੀਰੇ ਉਹਨਾਂ ਨਾਲ ਜੁੜੀ ਹੋਈ ਹਾਂ ਅਤੇ ਇਹ ਸੇਵਾ ਜਿਹੜੀ ਇਹ ਨਿਭਾ ਰਹੇ ਨੇ ਅਤੇ ਦਿਲੋਂ ਨਿਭਾ ਰਹੇ ਨੇ, ਅਤੇ ਅਗਲਾ ਕੇਸ ਤੁਹਾਨੂੰ ਅਸੀਂ ਉਹ ਵੀ ਦਿਖਾਵਾਂਗੇ ਜੀ। ਪਤਾ ਕੀ ਹੁੰਦਾ ਭੈਣ, ਜਿਹੜੇ ਇੱਦਾਂ ਦੇ ਬਜ਼ੁਰਗ ਨੇ ਉਹਨਾਂ ਨੂੰ ਤਾਂ ਪਹਿਲ ਦੇ ਆਧਾਰ 'ਤੇ, ਹੁਣ ਆਪਾਂ ਸੰਗਰੂਰ ਵਾਲੇ ਪਾਸੇ ਜਾਣਾ ਕੱਲ੍ਹ ਜਾਂ ਪਰਸੋਂ, 2 ਕੇਸ ਉੱਧਰ ਨੇ, ਅਤੇ ਮਤਲਬ ਜਿਹੜੇ ਇੱਦਾਂ ਦੇ ਬਜ਼ੁਰਗ ਉਹਨਾਂ ਤਾਂ ਪਹਿਲ ਦੇਦਾ। ਬਾਕੀ ਜਿਹੜੇ ਚਰਨਜੀਤ ਵਰਗੇ ਵੀਰ ਨੇ, ਮੈਂ ਇੱਕ ਦੱਸਣਾ ਚਾਹੁੰਦਾ, ਅੱਜ ਮੈਨੂੰ ਇੱਥੇ ਇੱਕ ਗੱਲ ਇੱਕ ਹੋਰ ਮਹਿਸੂਸ ਹੁੰਦੀ ਆ। ਇੱਕ ਅਸੀਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚੋਂ ਨਾ ਸਾਂਦਾ ਮੌਜਾ ਪਿੰਡ ਆ ਜੀ, ਸਰੂਪ ਵੀ ਇਹਦੇ ਵਰਗੀ ਹੈ ਵੀਰ ਦਾ ਅਤੇ ਨਾਮ ਵੀ ਚਰਨਜੀਤ ਆ, ਅਸੀਂ ਉਹਨੂੰ ਘਰ ਦੇ ਵਿੱਚੋਂ ਲੈ ਕੇ ਆਏ ਸੀ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ, ਉਸ ਇਨਸਾਨ ਕੋਲ ਜ਼ਮੀਨ ਵੀ ਸੀਗੀ, ਪਲੱਸ 2 ਤੱਕ ਪੜ੍ਹਿਆ ਸੀਗਾ,
ਪਰ ਉਹਦੀ ਜ਼ਮੀਨ ਉਹਦੇ ਪਰਿਵਾਰਕ ਮੈਂਬਰਾਂ ਵੱਲੋਂ ਦੱਬ ਲਈ ਜਾਂਦੀ ਆ, ਉਹਦੇ ਘਰ ਦੇ ਵਿੱਚ ਤੂੜੀ ਪਾ ਲਈ ਜਾਂਦੀ ਆ, ਅਤੇ ਉਹਨੂੰ ਰਹਿਣ ਲਈ ਨਾ ਜਗ੍ਹਾ, ਅਤੇ ਉਸ ਇਨਸਾਨ ਨੇ ਪੇਟੀ ਦੇ ਵਿੱਚ ਵੜ ਕੇ ਸੌਣਾ, ਟਰੰਕਾਂ ਦੇ ਵਿੱਚ ਵੀ ਟੋਇਲਟ ਭਰੀ ਪਈ ਤੀ। ਮੈਂ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰੀ ਉਹ ਬੰਦਾ ਗੰਦੀਆਂ ਚੀਜ਼ਾਂ ਖਾਂਦਾ ਦੇਖਿਆ ਸੀ ਜੀ, ਅਤੇ ਇਹ ਗੱਲ 4 ਸਾਲ ਪੁਰਾਣੀ ਹੋਣੀ, ਅਤੇ 4 ਸਾਲਾਂ ਦੇ ਵਿੱਚ ਅਸੀਂ ਅਨੇਕਾਂ ਹੀ ਵੀਡੀਓ ਦੇ ਵਿੱਚ ਬੋਲ ਚੁੱਕੇ ਹਾਂ ਵੀ ਭਾਈ ਕੋਈ ਮਿਲ ਨਾ ਆ ਜਾਓ, ਪਰ ਉਹਨਾਂ ਦੀਆਂ ਨਾ ਭੈਣਾਂ, ਦੇਖੋ ਚਰਨਜੀਤ ਸਿੰਘ ਜਿਹੜਾ ਵੀਰ ਆ ਸਾਂਦਾ ਮੌਜਾ ਪਿੰਡ ਆ, ਉਹਦੇ ਕੋਈ ਭੂਆ ਵੀ ਹੋਣੇ, ਫੁੱਫੜ ਵੀ ਹੋਣੇ, ਅਤੇ ਕੋਈ ਨਾ ਕੋਈ ਰਿਸ਼ਤੇਦਾਰ ਵੀ ਹੋਣੇ, ਪਰ ਕਿਉਂ ਨਹੀਂ ਕੋਈ ਮਿਲਣਾ ਆਉਂਦਾ? ਸਾਡਾ ਖੂਨ ਹੀ ਇੰਨਾ ਚਿੱਟਾ ਹੋ ਗਿਆ, ਜ਼ਮੀਨਾਂ ਦੀ ਲੋੜ ਸੀ ਲੈ ਲਿਆ, ਚਾਚੇ ਤਾਇਆਂ ਨੇ ਤਾਂ ਜਿਹੜਾ ਕਹਿ ਦਈਏ ਉਹਦੇ ਘਰ ਦੇ ਵਿੱਚ ਤੂੜੀ ਪਾਉਣੀ ਤੀ, ਬਸ ਉਹਨੂੰ ਘਰ ਮਿਲ ਗਿਆ, ਅਤੇ ਮੁੜ ਕੇ ਚਰਨਜੀਤ ਨੂੰ ਕਿਹਨੇ ਪੁੱਛਣਾ? ਅਤੇ ਜੇ ਕੋਈ ਮਰ ਗਿਆ ਚਰਨਜੀਤ ਨੂੰ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਸੰਸਕਾਰ ਕਰਨ ਆਊ, ਮੈਨੂੰ ਸ਼ਬਦ ਬੋਲਣੇ ਨਹੀਂ ਪੈ ਰਹੇ, ਪਰ ਮੈਂ ਤੁਹਾਨੂੰ ਜਗਾਉਣ ਲਈ ਇਹ ਚੀਜ਼ ਬੋਲਣੀ ਪੈਂਦੀ ਹੈ ਸਾਨੂੰ। ਪਰ ਤੁਸੀਂ ਦੇਖੋ ਐਸੇ ਹਾਲਾਤ ਸਾਡੇ ਪੰਜਾਬ ਦੇ ਬਣ ਗਏ। ਇੱਕ ਜਿਹੜੀਆਂ ਪ੍ਰੋਪਰਟੀਆਂ ਖਾਸ ਕਰਕੇ ਸਾਡੀ ਇਹਦੇ 'ਤੇ ਅਸੀਂ ਬਹੁਤ ਵਿਚਾਰਾਂ ਕੀਤੀਆਂ ਕਈ ਫਾਊਂਡੇਸ਼ਨ ਨੇ ਰਲ ਕੇ, ਵੀ ਜਦੋਂ ਕੋਈ ਇਨਸਾਨ ਇੱਦਾਂ ਦੇ ਹਾਲਾਤਾਂ 'ਚ ਹੁੰਦਾ ਉਹਦੀ ਜਿਹੜੀ ਪ੍ਰੋਪਰਟੀ ਨਾ ਕੋਈ ਦੱਬ ਪਾਵੇ, ਉਹਦਾ ਕੋਈ ਰਣਨੀਤੀ ਸਰਕਾਰ ਇਹੋ ਜਿਹੀ ਸਹੀ ਬਣਾਵੇ ਵੀ ਉਹਦੇ ਨਾਲ ਕੋਈ ਧੋਖਾ ਨਾ ਕਰ ਪਾਵੇ, ਉਹਦੇ ਨਾਲ ਕੋਈ ਫਰੋਡ ਨਾ ਕਰ ਪਾਵੇ। ਇਸ ਕਰਕੇ ਸਾਡਾ ਮਕਸਦ ਜਿਹੜਾ ਹੈਗਾ, ਅਸੀਂ ਪਟਿਆਲੇ ਤੋਂ ਭਾਸੋ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਇੱਕ ਆਸ਼ਰਮ ਸਾਡੇ ਕੋਲ ਜੀ, ਕਈ ਇੱਦਾਂ ਦੀਆਂ ਰੂਹਾਂ ਬੈਠੀਆਂ ਨੇ ਜਿਹੜੀਆਂ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਚੁੱਕੀਆਂ ਨੇ, ਜਿਹੜੀਆਂ ਸੁੱਧ ਬੁੱਧ ਭੁੱਲ ਚੁੱਕੀਆਂ ਨੇ, ਜਿਹਨਾਂ ਨੂੰ ਪਤਾ ਹੀ ਨਹੀਂ ਸਮਾਜ ਦੇ ਵਿੱਚ ਕੀ ਹੋ ਰਿਹਾ ਔਰ ਘਰਾਂ ਦੇ ਵਿੱਚ ਕੈਦ ਹੋ ਕੇ ਰਹਿ ਗਏ ਸੀ। ਉੱਦਾਂ ਦੇ ਵੀਰਾਂ ਦਾ ਇਲਾਜ ਚੱਲ ਰਿਹਾ ਜੀ, ਆਪਣੇ ਕੋਲ 130 ਦੇ ਕਰੀਬ ਸ਼ਾਇਦ ਪਰਿਵਾਰ ਪਹੁੰਚ ਚੁੱਕੇ ਆ, ਔਰ ਅੱਗੇ ਅੱਗੇ ਬਿਲਡਿੰਗ ਬਣ ਰਹੀ ਹੈ ਹੋਰ ਚਰਨਜੀਤ ਵਰਗੇ ਵੀਰਾਂ ਨੂੰ ਇੱਦਾਂ ਪੰਜਾਬ ਦੇ ਘਰਾਂ 'ਚੋਂ ਕੱਢ ਕੇ ਲਿਜਾ ਕੇ ਉਹਨਾਂ ਨੂੰ ਚੰਗਾ ਜੀਵਨ ਦੇਣ ਦੀ ਕੋਸ਼ਿਸ਼ ਕਰਾਂਗੇ ਜੀ। ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਚਾਹੁੰਦੀ ਤਾਂ ਵੀਰੇ ਬਾਹਰ ਖੜ ਕੇ ਗੱਲ ਕਰਦੇ ਹਾਂ। ਅੱਛਾ ਵੀਰੇ ਹੈ ਜੀ, ਹਾਂ ਠੀਕ ਆ ਮੇਰਾ ਭਾਈ ਆ ਵੀਰੇ, ਤੂੰ ਡਰ ਜਾਂਦਾ ਜੀ ਰੱਛ ਤੋਂ ਹੈ ਜੀ? ਨਹੀਂ ਨਹੀਂ ਕੋਈ ਨਹੀਂ, ਤੁਸੀਂ ਡਰੋ ਨਾ, ਡਰੋ ਨਾ, ਮੈਂ ਤੁਹਾਡਾ ਹੀ ਬੱਚਾ ਆਇਆ ਜੀ। ਹਾਂ ਕੋਈ ਗੱਲ ਨਹੀਂ, ਪਰ ਮੈਂ ਉਹ ਕੌਣ ਨੇ ਦੱਸੋ ਜਿਹੜੇ ਉਹ ਪਿੱਛੇ ਖੜੇ ਨੇ? ਉਹ ਬਾਬਾ ਆਇਆ ਜੀ। ਨਹੀਂ ਨਹੀਂ, ਉਹ ਲੇਡੀਜ਼ ਕੌਣ ਨੇ? ਉਹ ਮਾਮਾ ਭੈਣਾਂ ਹੀ ਆ ਜੀ। ਨਹੀਂ ਤੁਹਾਡੇ ਦੱਸੋ ਕੌਣ ਨੇ, ਕੀ ਨਾਮ ਉਹਨਾਂ ਦਾ? ਇਹ ਵਿਆਹ ਹੀ ਗਏ ਸੀ ਮੇਰੇ ਨਾਲ। ਤੁਹਾਡੇ ਨਾਲ? ਪਰ ਮੈਂ ਠੀਕ ਠਾਕ ਹਾਂ, ਉਹ ਤਾਂ ਆ ਜੀ ਰਾਸ਼ੀ ਆ, ਫਿਰ ਤਾਂ ਕਹਿ ਹੁੰਦਾ ਵੀ ਮਾਮਾ ਭੈਣ। ਠੀਕ ਹੈ, ਨਹੀਂ ਕੋਈ ਗੱਲ ਨਹੀਂ, ਰਾਸ਼ ਤੋਂ ਡਰੋ ਨਾ, ਉਹ ਭੈਣ ਉਹ ਨਹੀਂ ਫਿਰ ਕੌਣ ਨੇ ਜਾਣਦੇ, ਤੁਸੀਂ ਪਛਾਣਦੇ ਉਹਨਾਂ ਨੂੰ ਦੇਖੋ। ਇਹ ਕੁਛ ਜਦ ਤੁਸੀਂ ਆਏ ਹੋ ਭੈਣੇ ਮਿਲਣ ਕਦੇ ਇੱਦਾਂ ਮਿਲ? ਅੱਛਾ ਜੀ ਠੀਕ ਹੈ ਭੈਣੇ, ਠੀਕ ਆ ਜਾਓ ਚਰਨਜੀਤ ਉਰੇ ਵੀਰੇ। ਹਾਂਜੀ ਨਹੀਂ ਭੈਣੇ ਇੰਨਾ ਹੀ ਬਹੁਤ ਆ, ਤੁਸੀਂ ਅੱਜ ਦੇ ਸਮੇਂ 'ਚ ਇਹਦੇ ਨਾਲ ਖੜ੍ਹੇ ਹੋ ਜੀ। ਹਾਂਜੀ ਮੈਨੂੰ ਲੱਗਦਾ ਪੈਣ ਲਈ ਤਾਂ ਜੀ ਇਹੀ ਪ੍ਰਬੰਧ ਹੈ ਜੀ ਇਸ ਵੀਰ ਕੋਲ, ਕਿਤੇ ਵੀ ਸਾਨੂੰ ਮੰਜਾ ਤਾਂ ਨਹੀਂ ਲੱਗਿਆ ਦਿਖਿਆ। ਮੈਂ ਕਹੂੰਗਾ ਇੱਕ ਵਾਰੀ ਵੀਰ ਹੋਣੀ ਸਾਰਾ ਘਰ ਦਿਖਾਉਣ ਸੰਗਤਾਂ ਨੂੰ, ਜਿਹੜੀਆਂ ਸੰਗਤਾਂ ਬੈਠੀਆਂ ਨੇ ਦੂਰ ਨੇੜੇ ਉਹਨਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਧਿਆਨ ਦੇਣ ਦੀ ਬਹੁਤ ਲੋੜ ਆ। ਆਪਾਂ ਆਪਣੇ ਆਲੇ ਦੁਆਲੇ ਜਿਹੜੇ ਇੱਦਾਂ ਦੇ ਵੀਰ ਨੇ ਉਹਨਾਂ ਦੀ ਪਹਿਲ ਦੇ ਆਧਾਰ 'ਤੇ ਬਾਂਹ ਫੜਨੀ ਆ, ਕਿਉਂਕਿ ਉਹਨਾਂ ਦੇ ਘਰ ਦੇ ਹਾਲਾਤ ਚੇਂਜ ਹੋ ਸਕਣ। ਇਲਾਜ ਤਾਂ ਚਲੋ ਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਦੇ ਨੇ, ਤੁਸੀਂ ਦੇਖੋ ਰਸੋਈ ਆ ਇਹ, ਰਸੋਈ ਦੇ ਵਿੱਚ ਹਰੇਕ ਜਿਹੜਾ ਬੱਚਾ ਉਹਦਾ 5-7 ਸਾਲ ਜਿਹੜੇ ਉਹਦੇ ਗੁਜ਼ਰੇ ਹੁੰਦੇ ਨੇ ਰਸੋਈ ਦੇ ਵਿੱਚ ਮਾਵਾਂ ਦੇ ਨਾਲ ਜਿਹੜਾ ਚੌੜਾ ਕਰਦੇ ਹੋਏ ਹਾਸੀ ਮਜ਼ਾਕ ਕਰਦੇ ਹੋਏ, ਪਰ ਅੱਜ ਉਹ ਮਾਵਾਂ ਜਦੋਂ ਘਰਾਂ ਦੇ ਵਿੱਚ ਨਹੀਂ ਹੈਗੀਆਂ ਤਾਂ ਘਰਾਂ ਦੇ ਕੀ ਹਾਲਾਤ ਹੁੰਦੇ ਨੇ। ਇੱਕ ਚੀਜ਼ ਅਸੀਂ ਬਹੁਤ ਮਹਿਸੂਸ ਕੀਤੀ ਪੂਰੇ ਪੰਜਾਬ ਦੇ ਵਿੱਚ ਫਿਰਦੇ ਹੋਏ, ਵੀ ਜਿਹੜੇ ਮਾਂ ਬਾਪ ਹੁੰਦੇ ਨੇ ਉਹ ਇੱਕ ਜਿਹੜਾ ਅਵਤਾਰ ਭਗਵਾਨ ਦਾ ਰੂਪ ਹੁੰਦੇ ਨੇ। ਜਿਸ ਇਨਸਾਨ ਕੋਲ ਅੱਜ ਮਾਂ ਬਾਪ ਨੇ ਅਸੀਂ ਅਨੇਕਾਂ ਹੀ ਵੀਡੀਓ ਦੇ ਵਿੱਚ ਬੋਲਦੇ ਹਾਂ ਵੀ ਉਹ ਮਤਲਬ ਸਾਂਭ ਕੇ ਰੱਖਣ, ਕਿਉਂਕਿ ਜਿਹੜੇ ਜਿਹੜੀ ਮਾਂ ਹੁੰਦੀ ਆ ਅਸਲ ਉਹੀ ਘਰ ਦੀ ਰੀੜ੍ਹ ਦੀ ਹੱਡੀ ਹੁੰਦੀ ਆ। ਜਦੋਂ ਮਾਵਾਂ ਤੁਰ ਜਾਂਦੀਆਂ ਨੇ ਤਾਂ ਫਿਰ ਚਰਨਜੀਤ ਵਰਗੇ ਵੀਰਾਂ ਦੇ ਆਹ ਹਾਲਾਤ ਹੋ ਜਾਂਦੇ ਨੇ। ਠੀਕ ਆ, ਜੀਵਨ ਸਾਥੀ ਵੀ ਇੱਕ ਤੁਹਾਡਾ, ਇੱਕ ਲਾਈਫ ਪਾਰਟਨਰ ਵੀ ਤੁਹਾਡਾ ਮਾਂ ਬਾਪਾਂ ਤੋਂ ਘੱਟ ਨਹੀਂ ਜੇ ਚੰਗਾ, ਇਹ ਭੈਣ ਦੀ ਮਜਬੂਰੀ ਸਿਰਫ ਇਹ ਆ ਵੀ ਉਹ ਪ੍ਰੋਬਲਮ 'ਚ ਆ। ਤੁਸੀਂ ਦੇਖੋ ਇਸ ਹਾਲਾਤਾਂ ਦੇ ਵਿੱਚ ਭੈਣ ਕਿੱਦਾਂ ਰਹਿ ਸਕਦੀ ਹੈ, ਇਹ ਉਹਨਾਂ ਦੇ ਘਰ ਵਾਲੀ ਨੇ ਜੀ। ਤਾਂ ਇਹੀ ਬੜੀ ਖੁਸ਼ੀ ਆ ਵੀ ਅੱਜ ਖੜ੍ਹੇ ਨੇ, ਕਿਉਂਕਿ ਅਸੀਂ ਹਰ ਰੋਜ਼ ਇੱਦਾਂ ਦੇ ਹਾਲਾਤਾਂ 'ਚ ਜਾਂਦੇ ਹਾਂ, ਸਾਨੂੰ ਕਈ ਵਾਰੀ ਜਿਹੜੇ ਜੀਵਨ ਸਾਥੀ ਜਾਂ ਹੋਰ ਪਰਿਵਾਰਕ ਮੈਂਬਰ ਨਹੀਂ ਖੜ੍ਹੇ ਮਿਲਦੇ, ਉਹ ਕਹਿੰਦੇ ਨੇ ਤੁਸੀਂ ਲੈ ਕੇ ਜਾਣਾ ਲੈ ਜਾਓ, ਅਸੀਂ ਆ ਨਹੀਂ ਸਕਦੇ, ਨਾ ਅਸੀਂ ਮਿਲਣ ਆਈਏ ਨਾ ਅਸੀਂ ਤੁਹਾਡੇ ਨਾਲ ਖੜ੍ਹਨ ਨੂੰ ਤਿਆਰ ਹਾਂ।
ਜੀ ਬਿਲਕੁਲ ਬਿਲਕੁਲ ਭੈਣੇ, ਜਦੋਂ ਇਹ ਪਹਿਲੀ ਵਾਰੀ ਬਿਮਾਰ ਹੁੰਦਾ ਅਸਲ, ਜਦੋਂ ਮਤਲਬ ਕੁਛ ਨਹੀਂ ਇਹਨੂੰ ਹੋਇਆ ਸੀ, ਆਪਾਂ ਨੋਰਮਲ ਆ ਦੇਖੋ ਸਾਰੇ ਜਣੇ ਆਪਾਂ ਖੜੇ ਹਾਂ, ਤੁਸੀਂ ਖੜੇ ਹੋ, ਮੈਂ ਖੜਾ ਹਾਂ ਨਾ ਜੀ, ਮਤਲਬ ਜਦੋਂ ਪਹਿਲੀ ਵਾਰੀ ਬੰਦੇ ਨੂੰ ਕੁਛ ਹੁੰਦਾ, ਉਹ ਪਹਿਲੀ ਵਾਰੀ ਹੁੰਦਾ ਕੀ ਆ ਵੀ ਇਹ ਪਹਿਲੀ ਵਾਰੀ ਤੁਹਾਨੂੰ ਮਹਿਸੂਸ ਹੁੰਦਾ ਵੀ ਬੰਦਾ ਦਿਮਾਗੀ ਬਿਮਾਰ ਹੋ ਗਿਆ? ਸਰ ਕਿ ਜਿੱਦਾਂ ਕਿ ਹੈ ਨਾ, ਮੇਰੀ ਮੈਰਿਜ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਮੈਂਟਲੀ ਨਹੀਂ, ਮੈਨੂੰ ਪਤਾ ਨਹੀਂ ਸੀਗਾ, ਸੈਕਿੰਡ ਮੈਰਿਜ ਸੀ ਮੇਰੀ ਨਾਲ, ਹਾਂਜੀ, ਅਤੇ ਜਦੋਂ ਮੈਂ ਇੱਥੇ ਆਈ ਇਹਨਾਂ ਦੀ ਮੈਡੀਸਨ ਚੱਲਦੀ ਸੀਗੀ, ਅਤੇ ਬਾਅਦ ਵਿੱਚ ਮਹੀਨੇ ਕੁ ਬਾਅਦ ਹੀ ਪਤਾ ਲੱਗਿਆ ਕਿ ਫਿਰ ਉਹ ਤੋਂ ਬਾਅਦ ਇਹ ਥੋੜ੍ਹਾ ਜਿਹਾ ਜਿਹੜਾ ਬੋਲਣ ਲੱਗ ਪੈਂਦੇ ਸੀ ਜ਼ਿਆਦਾ, ਫਿਰ ਇਹਨੂੰ ਮੈਡੀਸਨ ਦੇ ਦਿੰਦੇ ਸੀ ਬੀਜੀ, ਅਤੇ ਫਿਰ ਇਹ ਤੋਂ ਬਾਅਦ ਫਿਰ ਇਹ, ਮੈਂ 3 ਸਾਲ ਰਹੀ ਇਹਨਾਂ ਦੇ ਨਾਲ, ਅਤੇ ਜਿੱਥੇ ਲੈ ਕੇ ਜਾਣਾ ਇਹਦਾ ਇਲਾਜ ਵੀ ਕਰਵਾਉਂਦੇ ਸੀਗੇ ਆਪਾਂ, ਜਿੱਦਾਂ ਜਿੱਦਾਂ ਜਾਂਦੇ ਸੀਗੇ ਉੱਥੇ ਉੱਥੇ ਲੈ ਕੇ ਜਾਂਦੇ ਸੀ, ਇੱਥੇ ਦੱਸਦੇ ਸੀਗੇ ਵੀ ਠੀਕ ਹੋ ਜੂਗਾ, ਬਟ ਇਹ ਠੀਕ ਹੋਏ ਨਹੀਂ, ਥੋੜ੍ਹਾ ਥੋੜ੍ਹਾ ਹੋ ਜਾਂਦੇ ਸੀ, ਜਾਂ ਦਵਾਈ ਲੈਂਦੇ ਸੀ ਤਾਂ ਠੀਕ ਰਹਿੰਦੇ ਸੀਗੇ, ਅਤੇ ਉਹ ਤੋਂ ਬਾਅਦ ਜਦ ਦਵਾਈ ਬੰਦ ਹੋ ਜਾਂਦੀ ਸੀ ਤਾਂ ਫਿਰ ਇਹ ਜ਼ਿਆਦਾ ਬੋਲਣ ਲੱਗ ਜਾਂਦੇ ਸੀ, ਜਾਂ ਭੱਜਣਾ ਬਾਹਰ ਨੂੰ ਇਹਨਾਂ ਨੇ, ਹਾਂਜੀ, ਅਤੇ ਫਿਰ ਇਸ ਤੋਂ ਬਾਅਦ ਕਿ ਇਹ ਕੱਟਣ ਲੱਗ ਪੈਣਾ ਇਹਨਾਂ ਨੇ ਆਪਣੇ ਆਪ, ਜਦੋਂ ਇੱਦਾਂ ਛੱਤ 'ਤੇ ਚੜ ਜਾਣਾ ਵੀ ਮੈਂ ਛਾਲ ਮਾਰਨੀ ਆ, ਮੈਨੂੰ ਆਹ ਦਿਖਦਾ, ਬ੍ਰਦਰ ਆਪਣੇ ਨੂੰ ਕਹਿੰਦੇ ਸੀਗੇ ਮੈਨੂੰ ਭਾਅ ਜੀ ਦੀਦੇ ਆ, ਡੈਡੀ ਦੀਦੇ ਆ, ਅਤੇ ਇਸ ਤਰ੍ਹਾਂ ਕਰਦੇ ਹੁੰਦੇ ਸੀਗੇ, ਫਿਰ ਮੇਰੇ ਫਾਦਰ ਹੁਣਾਂ ਨੇ ਕਿਹਾ ਵੀ ਆਪਾਂ ਰਹਿ ਨਹੀਂ ਸਕਦੇ, ਹੈ ਨਾ ਜੀ, ਬਿਲਕੁਲ, ਅਤੇ ਉਸ ਤੋਂ ਬਾਅਦ ਕਿ ਇਹ ਮੁੰਡਾ ਵੀਡੀਓ ਬਣਾ ਕੇ ਲੈ ਕੇ ਗਿਆ, ਮੇਰੀ ਸ਼ੋਪ ਹੈ ਰਾਉਂਡ ਵਿੱਚ ਬੁਟੀਕ ਕਰਦੀ, ਅੱਛਾ ਜੀ, ਅਤੇ ਫਿਰ ਉਹਨਾਂ ਨੇ ਇਹਨਾਂ ਨੇ ਦੱਸਿਆ ਵੀ ਆਹ ਕੰਡੀਸ਼ਨ ਆ ਘਰ ਦੀ, ਆਹ ਦਿਖਾਇਆ ਇਹਨਾਂ ਨੇ ਸਾਰਾ ਮੈਨੂੰ ਵੀਡੀਓ, ਫਿਰ ਮੈਂ ਇਹ ਸੋਚਿਆ ਕਿ ਇਹਨਾਂ ਨੂੰ ਕੋਈ ਨਹੀਂ ਇਹਨਾਂ ਦੀ ਕੇਅਰ ਨਹੀਂ ਕੋ ਕਰਦਾ ਹੈਗਾ, ਵੀ ਦੇਖਦਾ ਨਹੀਂ ਹੈਗਾ ਕੋਈ, ਤਾਂ ਇਹ ਮੁੰਡਾ ਕਹਿੰਦਾ ਵੀ ਸ਼ਾਇਦ ਚਾਚੀ ਜੀ ਮੈਨੂੰ ਲੱਗਦਾ ਵੀ ਇਹਨਾਂ ਨੂੰ ਨਹੀਂ, ਇਹਨਾਂ ਨੂੰ ਕੋਈ ਦੇਖਦਾ ਹੈਗਾ, ਫਿਰ ਇਸ ਕਰਕੇ ਅਸੀਂ ਦੋਨਾਂ ਨੇ ਸੋਚਿਆ ਕਿ ਚਲੋ ਆਪਾਂ ਇਹਨਾਂ ਦੀ ਹੈਲਪ ਕਰਦੇ ਹਾਂ ਕਿ ਇਹ ਠੀਕ ਹੋ ਜਾਣ। ਇੱਕ ਗੱਲ ਦੱਸਿਓ, ਇਹਨਾਂ ਦੇ ਜਿਹੜੇ ਫਾਦਰ ਸਾਹਿਬ, ਤੁਹਾਡੇ ਸਹੁਰਾ ਸਾਹਿਬ ਖੜਾ ਲਓ ਵੀਰੇ ਚਰਨਜੀਤ ਨੂੰ, ਤੁਹਾਡੇ ਸਹੁਰਾ ਸਾਹਿਬ ਜਾਂ ਬ੍ਰਦਰ, ਉਹਨਾਂ ਨੂੰ ਪ੍ਰੋਬਲਮ ਤਾਂ ਨਹੀਂ ਸੀਗੀ ਇੱਦਾਂ ਦੀ ਕੋਈ? ਨਹੀਂ ਸਰ, ਨਹੀਂ, ਇਹਨਾਂ ਦੀ ਮਾਤਾ ਨੂੰ ਹੋਵੇ ਇਹ ਜੀ ਪ੍ਰੋਬਲਮ? ਕਿਸੇ ਨੂੰ ਨਹੀਂ ਸੀ, ਕਿਸੇ ਨੂੰ ਲੱਗਦਾ ਕਿ ਜਿਹੜਾ ਕੀ ਹੁੰਦਾ ਹੈ ਕਿ ਕਈਆਂ ਦੇ ਦਿਲ ਬੜੇ ਉਹ ਛੋਟੇ ਹੁੰਦੇ ਆ, ਦਿਲ ਤੇ ਲਾ ਗਏ ਉਹ, ਜਿੱਦਾਂ ਮਤਲਬ ਫਾਦਰ ਦੀ ਡੈਥ, ਭਰਾ ਦੀ ਡੈਥ, ਹੈ ਨਾ, ਜ਼ਿਆਦਾਤਰ ਨਾ ਜਿੰਨੇ ਵੀ ਕੇਸ ਨੇ ਆਪਣੇ ਕੋਲੇ, ਉਹਨਾਂ ਦੇ ਵਿੱਚ ਇੱਕ ਤਾਂ ਧੋਖਾ, ਹਾਂਜੀ, ਜਿਵੇਂ ਜੀਵਨ ਸਾਥੀ ਵੱਲੋਂ, ਇੱਕ ਜਿਹੜੀ ਡੈਥ ਆ, ਉਹ ਕੋਈ ਨਾ ਕੋਈ ਕਾਰਨ ਇਦਾਂ ਦੇ ਬਣ ਜਾਂਦਾ ਜੀ, ਸੱਚਾਈ ਹੈ, ਇਹ ਡਿਪਰੈਸ਼ਨ ਹੀ ਹੈ ਜਿਹੜਾ ਇਹਨਾਂ ਨੇ ਦੱਸਿਆ ਨਾ ਕਿ ਮੈਨੂੰ ਆਹ ਦਿਖਦੇ ਨੇ, ਜਿੱਦਾਂ ਆਪਣੇ ਵਾਲੇ ਅੱਜ ਕੱਲ੍ਹ ਥੋੜੇ ਜਿਹੇ ਵਹਿਮਾਂ ਭਰਮਾਂ 'ਚ ਪੈ ਜਾਂਦੇ ਆ, ਪਰ ਉਹ ਵਹਿਮ ਭਰਮ ਨਹੀਂ, ਇਹ ਬੇਸਿਕਲੀ ਡਿਪਰੈਸ਼ਨ ਆ ਜਿਹਨੂੰ ਛੇਤੀ ਕੋਈ ਸਮਝ ਨਹੀਂ ਪਾਉਂਦਾ ਜੀ, ਬਿਲਕੁਲ ਠੀਕ ਆ। ਜਦੋਂ ਕੋਈ ਬਿਮਾਰ ਹੁੰਦਾ, ਇਹ ਗੱਲ ਤੁਹਾਡੀ ਬਿਲਕੁਲ ਸਹੀ ਆ, ਤਾਂ ਪਹਿਲਾਂ ਉਹਦਾ ਥੌਲੇ ਕਰਾਏ ਜਾਂਦੇ ਨੇ, ਉਹਦੇ ਧਾਗੇ ਤਵੀਤ ਪਾਏ ਜਾਂਦੇ ਨੇ, ਸਾਡੇ ਮੁੰਡੇ ਦੀ ਕਿਸੇ ਨੇ ਮਿੱਟੀ ਚੱਕ ਲਈ ਜਾਂ ਕਿਸੇ ਨੇ ਕੇਸ ਕੱਟ ਲਈ, ਇੱਦਾਂ ਦੀਆਂ ਕੋਈ ਗੱਲਾਂ ਨਹੀਂ ਹੁੰਦੀਆਂ ਜੀ। ਸਾਡੇ ਕੋਲ ਉਹ ਮਨੁੱਖ ਵੀ ਠੀਕ ਹੋਏ ਜਿਹੜੇ 4-4 ਸਾਲ ਤੋਂ ਬਾਬਿਆਂ ਕੋਲ ਕਈ ਲੱਖਾਂ ਰੁਪਇਆ ਖਰਾਬ ਕਰਾ ਕੇ, ਅਤੇ ਉਹ ਮਨੁੱਖ ਵੀ ਮੈਡੀਸਨ ਦੇ ਨਾਲ ਠੀਕ ਹੋਏ ਜੀ। ਇਸ ਕਰਕੇ ਜੇ ਤੁਹਾਡੇ ਆਲੇ ਦੁਆਲੇ ਕੋਈ ਚਰਨਜੀਤ ਵਰਗਾ ਵੀਰ ਹੈ, ਇੱਦਾਂ ਦਾ ਕੋਈ ਨਰਕ ਭਰੇ ਹਾਲਾਤਾਂ ਦੇ ਵਿੱਚ ਕੋਈ ਐਸਾ ਇਨਸਾਨ ਹੈ, ਤਾਂ ਤੁਸੀਂ ਉਹਦੀ ਇੱਕ ਵੀਡੀਓ ਸਾਨੂੰ ਬਣਾ ਕੇ ਪਿੰਡ ਦੀ ਸਹਾਇਤਾ ਦੇ ਨਾਲ ਸਾਨੂੰ ਭੇਜੋ, ਅਤੇ ਅਸੀਂ ਤੁਹਾਨੂੰ ਸਮਾਂ, ਜੇ ਤੁਸੀਂ ਆਪ ਹੈਲਪ ਨਹੀਂ ਕਰ ਸਕਦੇ ਜਾਂ ਤੁਹਾਨੂੰ ਲੱਗਦਾ ਵੀ ਤੁਸੀਂ ਨੇੜੇ ਨਹੀਂ ਜਾਣਾ ਚਾਹੁੰਦੇ ਜਾਂ ਤੁਹਾਨੂੰ ਔਖਾ ਲੱਗਦਾ, ਬਸ ਇੰਨਾ ਕੁ ਕਰ ਦਿਓ ਵੀ ਉਹ ਵੀਡੀਓ ਸੰਸਥਾ ਤੱਕ ਪਹੁੰਚਾਓ, ਸੋ ਘੱਟੋ ਘੱਟ ਉਸ ਬੰਦੇ ਦੀ ਜਿਹੜੀ ਰਹਿੰਦੀ ਜੂਨ ਆ ਉਹ ਜਿਹੜੀ ਆ ਉਹ ਸੁਧਰ ਜੇ। ਮਤਲਬ ਬਾਕੀ ਜਿਹੜੇ ਪੰਜਾਬ ਦੇ ਅੱਜ ਹਾਲਾਤ ਨੇ ਭੈਣੇ, ਸਾਨੂੰ ਹਰ ਰੋਜ਼ 100 ਵੀਡੀਓ ਆਉਂਦੀ ਹੋ, ਹਰ ਰੋਜ਼ ਮੈਂ ਕਹਿੰਦਾ ਜੀ ਕਲੀਅਰ ਆ ਜੀ, 100 ਤੋਂ ਘੱਟ ਨਹੀਂ ਆਉਂਦੀ ਹੋਣੀ, ਵੱਧ ਭਾਵੇਂ ਆਉਣ, ਇੰਨੇ ਮਰੀਜ਼ਾਂ ਦੀਆਂ, ਪਰ ਉਹਨਾਂ ਦੇ ਵਿੱਚੋਂ 10 ਕੁ ਬੰਦੇ ਤਾਂ ਇੰਨੇ ਲੋੜਵੰਦ ਹੁੰਦੇ ਨੇ ਜਿਵੇਂ ਚਰਨਜੀਤ ਖੜਾ ਜੀ। ਸਾਨੂੰ ਇਹ ਹੁੰਦਾ ਵੀ ਕਿੰਨਿਆਂ ਕੁ ਦੀ ਮਦਦ ਕਿਵੇਂ ਕਰਾਂਗੇ, ਹੁਣ ਅਸੀਂ ਅੱਗੇ ਘਰ ਬਣਾ ਰਹੇ ਹਾਂ, ਚਲੋ ਮਹਾਰਾਜ ਤਾਕਤ ਦੇਣਗੇ, ਹੁਣ ਅੱਗੇ ਆਪਣੇ ਕੋਲ 200 ਬੈੱਡ ਦੀ ਹੋਰ ਬਿਲਡਿੰਗ ਬਣ ਰਹੀ ਆ, ਉਦੋਂ ਅੱਗੇ ਫਿਰ ਆਪਾਂ ਜਿਹੜੀ ਬਿਲਡਿੰਗ ਸ਼ੁਰੂ ਕਰਾਂਗੇ ਉਹ ਕਾਫੀ ਵੱਡੀ ਜਗ੍ਹਾ 'ਚ ਹੋਊਗੀ ਆਉਣ ਵਾਲੇ 2 ਕੁ ਸਾਲਾਂ ਨੂੰ। ਉਹਦੇ ਵਿੱਚ ਕੋਸ਼ਿਸ਼ ਆ ਵੀ 1000+ 1500 ਤੋਂ ਮਾਈਨਸ ਇੰਨੇ ਜਿਹੜੇ ਚਰਨਜੀਤ ਵਰਗੇ ਵੀਰ ਰਹਿ ਕੇ ਆਪਣੀ ਜ਼ਿੰਦਗੀ ਦਾ ਆਨੰਦ ਮਾਣਨਗੇ ਜੀ, ਕਿਉਂਕਿ ਇਹ ਸਾਰਾ ਕੁਝ ਸੰਗਤਾਂ ਦੀਆਂ ਸਾਥਾਂ ਦੇ ਜਿਹੜੀ ਸਾਥ ਦੇ ਨਾਲ ਇਹ ਹੋਇਆ ਜੀ। ਭੈਣੇ ਤੁਸੀਂ ਉਰੇ ਖੁਸ਼ੀਆਂ ਖੇੜੇ ਸਾਰਾ ਕੁਝ ਦੇਖਿਆ ਇਸ ਘਰ ਦੇ ਵਿੱਚ, ਭੈਣੇ ਤੁਹਾਡੇ ਕੋਲ ਬੱਚੇ ਬੇਟਾ? ਠੀਕ ਹੈ ਜੀ, ਬੁਲਾਇਓ ਭੈਣੇ, ਹੈਗਾ ਜੀ ਉਰੇ? ਹਾਂਜੀ ਨਾਲ ਹੀ ਆਇਆ। ਬੁਲਾਇਓ ਭੈਣੇ, ਅੱਛਾ ਬੁਲਾਓ, ਅੱਛਾ ਜੀ ਬੁਲਾਇਓ ਬੇਟੇ ਨੂੰ ਵੀ ਭੈਣੇ। ਹਾਂ ਮਤਲਬ ਚਰਨਜੀਤ, ਮਤਲਬ ਪਹਿਲੇ ਵਿਆਹ, ਤੁਹਾਡੇ ਪਹਿਲੇ ਵਿਆਹ ਤੋਂ ਬੇਟਾ ਕਿ ਭੈਣੇ ਇੱਥੋਂ? ਪਹਿਲੇ ਵਿਆਹ ਤੋਂ। ਠੀਕ ਹੈ ਭੈਣੇ। ਚਰਨਜੀਤ ਵੀਰੇ ਚੱਲੀਏ ਆਪਾਂ ਪਟਿਆਲੇ।
ਅੱਛਾ ਜੀ, ਤੁਸੀਂ ਪਿੰਡ ਵਾਸੀ ਹੋ ਨਾ ਜੀ, ਕੋਈ ਪਿੰਡ ਪਰ ਭਰਾ ਵੀ ਹੈਗਾ ਕੋਈ? ਅਸੀਂ ਰਿਸ਼ਤੇਦਾਰ ਹਾਂ ਜੀ, ਠੀਕ ਹੈ ਜੀ, ਭਤੀਜੇ ਲੱਗਦੇ ਜੀ ਇਹਨਾਂ ਦੇ। ਅੱਛਾ ਜੀ, ਹਾਂਜੀ, ਅਤੇ ਬਾਕੀ ਇਹ ਪਿੰਡ ਦੇ ਮੂਰਤਵਾਰ ਬੰਦੇ ਆ ਜੀ। ਠੀਕ ਹੈ ਜੀ, ਠੀਕ ਹੈ, ਠੀਕ ਹੈ ਜੀ। ਇਹ ਕੀ ਕਾਰਨ ਵੀਰੇ? ਕਾਰਨ ਤਾਂ ਮੌਤ 'ਤੇ ਬਣੀ ਜੀ। ਕਾਰਨ ਤਾਂ ਮੌਤ 'ਤੇ ਹੀ ਵੀਰੇ, ਇੱਕ ਮਤਲਬ ਇਲਾਜ ਹੋ ਨਹੀਂ ਪਾਇਆ, ਕਿਸੇ ਨੇ ਕੇਅਰ ਨਾ ਕੀਤੀ, ਕੀ ਕਾਰਨ ਬਣਿਆ? ਨਹੀਂ, ਜਿੰਨਾ ਜਿੰਨਾ ਸਾਡੇ ਭੂਆ ਜੀ ਰਹੇ ਤਾਂ ਇਲਾਜ ਬਹੁਤ ਹੋਇਆ ਜੀ, ਉਸ ਤੋਂ ਬਾਅਦ ਕਿਸੇ ਨੇ ਨਹੀਂ, ਡੈਥ ਹੋ ਗਈ, ਉਸ ਤੋਂ ਬਾਅਦ ਕਿਸੇ ਨੇ ਇਲਾਜ ਨਹੀਂ ਕਰਵਾਇਆ ਜੀ। ਹਾਂਜੀ, ਫਿਰ ਜਦ ਦੇ ਮਰਕ ਡਿਪਰੈਸ਼ਨ ਵਿੱਚ ਹੀ ਨਾਲ ਪ੍ਰੋਪਰ ਖਾਣਾ ਪੀਣਾ ਬੜਾ ਜ਼ਰੂਰੀ ਹੁੰਦਾ, ਇਕੱਲੀਆਂ ਦਵਾਈਆਂ ਵੀ ਕੁਛ ਨਹੀਂ ਕਰ ਸਕਦੀਆਂ। ਬਿਲਕੁਲ ਜੀ, ਇਹ ਬਹੁਤ ਨਾ ਸੇ ਸੀਗੀ ਮਾਤਾ ਦੀ ਡੈਥ ਤੋਂ ਬਾਅਦ, ਡੈਥ ਤੋਂ ਬਾਅਦ, ਕਿਉਂਕਿ ਉਹ ਦੇਖੋ ਕੇਅਰ ਕਰਦੇ ਸੀਗੇ, ਕੇਅਰ ਕਰਦੇ ਸੀ। ਰੋਟੀ ਦੇਣੀ ਆ, ਇੰਨੇ ਵਜੇ ਦੁੱਧ ਦੇਣਾ, ਚਾਹ ਦੇਣੀ ਆ, ਇਹ ਚੀਜ਼ਾਂ ਜਦੋਂ ਡਿਪਰੈਸ਼ਨ ਚ ਹੁੰਦਾ ਬੰਦਾ, ਉਹਦਾ ਇੱਕ ਜਿਹੜਾ ਸਕੈਜੂਅਲ ਹੁੰਦਾ ਬੜਾ ਜ਼ਰੂਰੀ ਹੁੰਦਾ ਵੀਰੇ, ਇਕੱਲੀ ਦਵਾਈ ਵੀ ਤੁਸੀਂ ਦੇਖੋ ਨਾ ਕੀ ਕਰੂਗੀ। ਬਿਲਕੁਲ ਸਹੀ ਗੱਲ ਅੱਗ ਫਿਰ ਇਹਨੇ ਚਰਨਜੀਤ ਨੇ ਲਾਈ ਹੈ ਜੀ, ਚਰਨਜੀਤ ਨੇ ਲਾਈ ਹੋਈ। ਇਹ ਕਿਉਂ ਲਾਤੀ ਇਹਨੇ ਅੱਗ ਵੀਰੇ? ਤੇ ਕੀ ਦਿਮਾਗ 'ਚ ਆਇਆ ਜੀ ਇੱਕੋ ਲਖਤ? ਦੇਖੋ ਤੁਸੀਂ ਇੰਨੀ ਤੇਜ਼ੀ ਨਾਲ ਜਿਹੜੀ ਇਹ ਅੱਗ ਉੱਠੀ ਹੋਊਗੀ ਜੀ, ਇਹ ਤਾਂ ਆਲੇ ਦੁਆਲੇ ਗਵਾਂਢੀਆਂ ਨੂੰ ਕਈ ਵਾਰੀ ਸਿਲੰਡਰ ਹੁੰਦਾ ਨਾ ਜੀ, ਤਾਂ ਬਲਾਸਟ ਵੀ ਕਰ ਸਕਦਾ। ਇਹ ਸਾਰਾ ਘਰ ਇਹ ਨਹੀਂ ਤੋੜਿਆ ਜੀ? ਵਾਹਿਗੁਰੂ। ਆਹ ਦੇਖੋ ਤੁਸੀਂ, ਮੈਂ ਕਹੂੰਗਾ ਵੀਰ ਹੋਣੀ ਇਹ ਪੰਜਾਬ ਦੇ ਹਾਲਾਤ ਦਿਖਾਉਣ ਜੀ, ਅੱਜ ਦੇ ਜੋ ਹਾਲਾਤ ਨੇ ਸਾਡੇ ਪੰਜਾਬ ਦੇ, ਡਬਲ ਸਟੋਰੀ ਬਣੀ ਆ, ਦੇਖੋ ਤੁਸੀਂ ਕਿੱਦਾਂ ਇਹ ਘਰ ਜਿਹੜਾ ਟੁੱਟ ਚੁੱਕਿਆ, ਜਿਹੜਾ ਪਰਿਵਾਰਕ ਮੈਂਬਰ ਨਾ ਹੋਣ ਕਰਕੇ, ਜੇ ਮਾਂ ਬਾਪ ਹੁੰਦੇ ਮਤਲਬ ਅੱਜ ਦੇ ਹਾਲਾਤ ਕੁਛ ਹੋਰ ਹੋਣੇ ਸੀ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ, ਜਿਹੜਾ ਇੱਦਾਂ ਦੇ ਪਰਿਵਾਰਾਂ 'ਤੇ ਮਿਹਰ ਭਰਿਆ ਹੱਥ ਰੱਖਣ ਮਹਾਰਾਜ, ਇਹ ਜਿਹੜੀ ਪ੍ਰੋਬਲਮ ਹੈ ਇਹਨੂੰ ਦੂਰ ਕਰ ਦੇਣ। ਦੇਖੋ ਕਿਸੇ ਵੇਲੇ ਵੀ ਇਹ ਸਾਡੇ ਉੱਪਰ ਵੀ ਜਿਹੜੀਆਂ ਇੱਟਾਂ ਡਿੱਗ ਸਕਦੀਆਂ ਨੇ। ਹਾਲਾਤ ਦੇਖੋ ਤੁਸੀਂ, ਮਤਲਬ ਸਾਡਾ ਵੀ ਕਿਤੇ ਨਾ ਕਿਤੇ ਰੂਹ ਕੰਬਦੀ ਆ ਦੇਖ ਕੇ। ਪੱਖਾ ਦੇਖੋ ਤੁਸੀਂ ਵੀ ਕਿੰਨੇ ਸਾਲਾਂ ਤੋਂ ਕਦੇ ਕੋਈ ਇਸ ਘਰ ਦੇ ਵਿੱਚ ਐਂਟਰ ਨਹੀਂ ਹੋਇਆ, ਕਿਸੇ ਨੇ ਆ ਕੇ, ਸਮੇਂ ਹੀ ਨਹੀਂ ਹੈਗਾ, ਕਿਉਂਕਿ ਮਜਬੂਰੀਆਂ ਸਭ ਦੀਆਂ, ਦੁਨੀਆ ਸਾਰੇ ਆਪੋ ਆਪਣੇ ਕੰਮਾਂ 'ਚ ਹੈ ਨਾ ਜੀ ਬਿਜ਼ੀ। ਪਰ ਕੋਈ ਸਮਾਂ ਹੋਣਾ, ਕਿੰਨੇ ਚਾਵਾਂ ਨਾਲ ਜਿਹੜਾ ਇਸ ਘਰ ਨੂੰ ਬਣਾਇਆ ਹੋਣਾ, ਕਿੰਨੇ ਚਾਵਾਂ ਨਾਲ। ਦੇਖੋ ਦੋ ਇਨਸਾਨਾਂ ਦੀਆਂ ਨੌਕਰੀਆਂ ਇਸ ਘਰ ਦੇ ਵਿੱਚ ਆਉਂਦੀਆਂ ਸੀ, ਦੋ ਇਨਸਾਨਾਂ ਦੀ ਤਨਖਾਹ ਆਉਂਦੀ ਸੀ, ਕਮੀ ਤਾਂ ਕੋਈ ਨਹੀਂ ਸੀ ਕਿਸੇ ਚੀਜ਼ ਦੀ, ਪੈਸੇ ਦੀ ਕੋਈ ਕਮੀ ਨਹੀਂ ਸੀ। ਬਸ ਇੱਕ ਕਿਸਮਤ ਦੇ ਵਿੱਚ ਜੋ ਲਿਖਿਆ ਨਾ ਜੀ, ਜੋ ਅੰਨ ਜਲ ਜਿੱਥੇ ਦਾ ਲਿਖਿਆ, ਉਹ ਬੰਦੇ ਨੂੰ ਛਕਣਾ ਪੈਂਦਾ। ਸਾਡੇ ਕੋਲ ਹਰੇਕ ਤਰ੍ਹਾਂ ਦਾ ਮਨੁੱਖ ਬੈਠਾ, ਸਾਡੇ ਕੋਲ ਆਰਮੀ ਮੈਨ ਵੀ ਬੈਠੇ ਨੇ, ਸਾਡੇ ਕੋਲ ਪੰਜਾਬ ਪੁਲਿਸ ਦੇ ਵੀਰ ਵੀ ਬੈਠੇ ਨੇ, ਜਿਹੜੇ ਕਿਸੇ ਟਾਈਮ ਨੌਕਰੀਆਂ ਕਰਦੇ ਸੀ, ਪਰ ਉਹਨਾਂ ਦੇ ਹਾਲਾਤ ਇੱਦਾਂ ਦੇ ਬਣ ਗਏ ਜੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ। ਸਾਨੂੰ ਕਿਤੇ ਕਿਤੇ ਇੱਦਾਂ ਦੇ ਘਰਾਂ 'ਚ ਆ ਕੇ ਲੱਗਦਾ ਵੀ ਮਹਾਰਾਜ ਨੇ ਕਿੱਡੇ ਕਿੰਨਾ ਵਧੀਆ ਰਸਤਾ ਮਹਾਰਾਜ ਨੇ ਸਾਨੂੰ ਦਿੱਤਾ, ਵੀ ਕਿੰਨੇ ਪਰਿਵਾਰਾਂ ਦੀ ਜਿਹੜੀ ਇਲਾਜ ਹੋ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਬਹੁਤ ਸ਼ੁਕਰਾਨਾ। ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਤੁਸੀਂ ਚਰਨਜੀਤ ਵੀਰ ਲਈ ਅਰਦਾਸਾਂ ਜ਼ਰੂਰ ਕਰਨੀਆਂ ਨੇ, ਕਿਉਂਕਿ ਜਿਹੜੀ ਅਰਦਾਸ ਆ ਉਹ ਮੈਡੀਸਨ ਤੋਂ ਵੀ ਜ਼ਰੂਰੀ ਆ। ਤੁਹਾਡੀਆਂ ਅਰਦਾਸਾਂ ਨਾਲ ਚਰਨਜੀਤ ਦੇ ਹਾਲਾਤ ਤੁਸੀਂ ਦੇਖਣਾ ਆਉਣ ਵਾਲੇ ਸਾਲ ਦੇ ਵਿੱਚ ਜ਼ਰੂਰ ਬਦਲਣਗੇ, ਸਾਨੂੰ ਯਕੀਨ ਆ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਜੀ 'ਤੇ। ਅਤੇ ਸਮਾਂ ਜ਼ਰੂਰ ਬਦਲਣਾ, ਅਤੇ ਬਿਲਕੁਲ ਤੰਦਰੁਸਤ ਹੋਊਗਾ ਇੱਕ ਨਾ ਇੱਕ ਦਿਨ ਚਰਨਜੀਤ ਵੀਰ, ਗੁਰੂ ਸਾਹਿਬ ਦੀ ਕਿਰਪਾ ਹੋਣੀ ਆ ਜੀ। ਦੋਸਤੋ ਤੁਸੀਂ ਦੇਖਿਆ ਜੀ ਇਸ ਘਰ ਦੀਆਂ ਰੌਣਕਾਂ ਨੂੰ ਮਹਿਸੂਸ ਕਰਿਓ, ਤੇ ਤੁਹਾਨੂੰ ਪਤਾ ਲੱਗੂਗਾ ਜਦੋਂ ਤੁਸੀਂ ਰੌਣਕਾਂ ਮਹਿਸੂਸ ਕਰ ਲਈਆਂ ਤਾਂ ਤੁਹਾਨੂੰ ਚਰਨਜੀਤ ਵੀਰ ਨਾਲ ਹਮਦਰਦੀ ਹੋਣੀ ਆ, ਇਸ ਘਰ ਨਾਲ ਹਮਦਰਦੀ ਹੋਣੀ ਆ। ਅਤੇ ਜਦੋਂ ਤੁਸੀਂ ਰੌਣਕਾਂ ਮਹਿਸੂਸ ਕਰਗੇ ਫਿਰ ਸਾਰਾ ਕੁਛ ਇਹ ਮਹਿਸੂਸ ਕਰਗੇ ਜੀ, ਕਿਉਂਕਿ ਸਾਡਾ ਮਕਸਦ ਤੁਹਾਨੂੰ ਦਿਖਾਉਣਾ ਪੰਜਾਬ ਦੇ ਵਿੱਚ ਇੱਦਾਂ ਦੇ ਵੀਰਾਂ ਨੂੰ
ਵੀ ਤੁਸੀਂ ਆਪਣੇ ਆਲੇ ਦੁਆਲੇ ਇੱਦਾਂ ਦੇ ਵੀਰਾਂ ਦੀ ਜ਼ਰੂਰ ਬਾਂਹ ਫੜਿਆ ਕਰੋ, ਤੁਸੀਂ ਜਿਹੜੀਆਂ ਸਾਨੂੰ ਵੀਡੀਓਜ਼ ਭੇਜ ਦਿਓ ਉਹਨਾਂ 'ਤੇ ਵੀ ਅਸੀਂ ਸਮੇਂ 'ਤੇ ਜ਼ਰੂਰ ਉਹਨਾਂ ਨੂੰ ਲੈਣ ਲਈ ਆਵਾਂਗੇ, ਕਿਉਂਕਿ ਇੰਨੀ ਵੱਡੀ ਮਾਤਰਾ ਦੇ ਵਿੱਚ ਵੀਡੀਓਜ਼ ਆ ਗਈਆਂ ਵੀ ਉਨੇ ਬੰਦਿਆਂ ਦੇ ਘਰ ਬਣਾਉਣ ਲਈ ਕਈ ਕਈ ਮਤਲਬ ਵੱਡੇ ਵੱਡੇ ਬਿਲਡਿੰਗਾਂ ਚਾਹੀਦੀਆਂ ਨੇ ਜੀ। ਮੈਨੂੰ ਲੱਗਦਾ ਸਾਡੇ ਕੋਲ ਕਈ ਹਜ਼ਾਰ ਬੰਦੇ ਦੀਆਂ ਵੀਡੀਓਜ਼ ਪਈਆਂ ਨੇ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨਗੇ, ਇੱਕ ਦਿਨ ਆਪਾਂ ਬਹੁਤ ਵੱਡਾ ਘਰ ਬਣਾਉਣ ਦੇ ਵਿੱਚ ਕਾਮਯਾਬ ਹੋਵਾਂਗੇ, ਚਰਨਜੀਤ ਵਰਗੇ ਵੀਰਾਂ ਨੂੰ ਘਰ ਦੇਣ 'ਚ ਕਾਮਯਾਬ ਹੋਵਾਂਗੇ। ਮਹਿਸੂਸ ਕਰਿਓ ਤੁਸੀਂ ਘਰ ਦੇ ਵਿੱਚ ਦੋ ਫੌਜੀ, ਔਰ ਇਹ ਵੀਰ ਬਹਿਰੀਨ ਦੀ ਧਰਤੀ 'ਤੇ ਰਹਿੰਦਾ ਸੀ, ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਸੀ, ਕਮੀ ਸਿਰਫ ਸੀਗੀ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਜੋ ਲਿਖਿਆ, ਕਿਉਂਕਿ ਦੁੱਖ ਅਤੇ ਸੁੱਖ ਗੁਰੂ ਮਹਾਰਾਜ ਨੇ ਕਿਹਾ ਜੇ ਸੁੱਖ ਆ ਗਿਆ ਤਾਂ ਡੀਜੇ ਲਾ ਕੇ ਨੱਚਣਾ ਨਹੀਂ, ਜੇ ਦੁੱਖ ਆ ਗਿਆ ਤਾਂ ਬਾਹਲਾ ਨਿਰਾਸ਼ ਨਹੀਂ ਹੋਣਾ। ਗੁਰੂ ਮਹਾਰਾਜ ਨੇ ਕਿਹਾ ਦੋਨੇ ਚੀਜ਼ਾਂ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਦਾਤ ਆ, ਅਤੇ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਚਰਨਜੀਤ ਨੂੰ ਵੀ ਤਾਕਤ ਦੇਣ ਅਤੇ ਸਾਨੂੰ ਵੀ ਮਹਾਰਾਜ ਇੰਨੀ ਤਾਕਤ ਦੇਣ ਵੀ ਅਸੀਂ ਸਾਰੇ ਵੀਰਾਂ ਲਈ ਕੁਛ ਨਾ ਕੁਛ ਕਰ ਸਕੀਏ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਹੜਾ ਰਕੇਸ਼? ਉਹ ਸੱਚੋ ਹਾਂ ਯਾਰ, ਉਹ ਬਾਈ ਯਾਰ ਆ, ਉਹ ਦੇਖ ਮਹਾਰਾਜ ਨੇ ਕਿਵੇਂ ਰਸਤ ਯਾਰ, ਤੁਹਾਡੇ ਪਿੰਡ ਦਾ ਬੰਦਾ ਇੱਕ ਸਾਡੇ ਕੋਲੇ ਆ ਵੀਰੇ ਯਾਰ। ਹਾਂਜੀ, ਓਹੋ ਅਸੀਂ ਤਾਂ ਤੁਹਾਡੇ ਨਾਲ ਵੈਸੇ ਹੀ ਗੱਲਾਂ ਕਰਦੇ, ਦਿਮਾਗ 'ਚੋਂ ਹੀ ਨਿਕਲਿਆ ਬਦੀ। ਅਸੀਂ ਇੱਕ ਬੰਦਾ ਲੈ ਕੇ ਆਏ ਤੇ ਰੋਡ ਤੋਂ, ਉਹ ਕਹਿੰਦਾ ਮੈਂ ਡਾਕਟਰੀ ਕਰੀ ਵੀ ਆ। ਰਕੇਸ਼ ਪਾਂਡੇ ਕੋਈ ਹੈ ਪਾਂਡੇ ਪਰਿਵਾਰ ਪਿੰਡ ਦੇ ਵਿੱਚ? ਤੁਸੀਂ ਨਾ ਜੀ, ਤੁਹਾਨੂੰ ਅਸੀਂ ਫੋਟੋ ਭੇਜਾਂਗੇ ਜੀ, ਤੁਹਾਡੇ ਪਿੰਡ ਦਾ ਬੰਦਾ ਜੀ। ਉਹਨੂੰ ਸਾਡੇ ਕੋਲ ਹੋ ਗਏ 5-6 ਮਹੀਨੇ, ਹੁਣ ਬਿਮਾਰ ਹੋ ਗਿਆ ਸੀ, ਅਸੀਂ ਹੋਸਪਿਟਲ ਐਡਮਿਟ ਕੀਤਾ 5-7 ਦਿਨ, ਚਲੋ ਫਿਰ ਤੰਦਰੁਸਤ ਹੋ ਗਿਆ। ਉਹ ਸਾਨੂੰ ਪਟਿਆਲੇ ਯੂਨੀਵਰਸਿਟੀ ਦੇ ਕੋਲੇ ਬੈਠਾ ਮਿਲਿਆ, ਉਹਨੂੰ ਉੱਥੇ ਰਹਿੰਦੇ ਨੂੰ 10-12 ਸਾਲ ਹੋ ਗਏ, ਕੰਧਾਂ 'ਤੇ ਕੁਛ ਲਿਖੀ ਜਾਂਦਾ, ਇੰਗਲਿਸ਼ ਦੀ ਰਾਈਟਿੰਗ ਬਹੁਤ ਵਧੀਆ, ਮਤਲਬ ਪੜ੍ਹਿਆ ਲਿਖਿਆ ਵਿਅਕਤੀ ਆ। ਉਹ ਫਿਰ ਜਦੋਂ ਅਸੀਂ ਲੈ ਕੇ ਆਏ, ਉਹਨੇ ਸਾਰੀਆਂ ਆਲੇ ਦੁਆਲੇ ਦੀਆਂ ਇਲਾਕੇ 'ਚ ਕੰਧਾਂ ਭਰੀਆਂ ਵੀਆਂ ਤੀਆਂ। ਤੁਹਾਡੇ ਇਲਾਕੇ 'ਚ ਕੰਗ ਪਿੰਡ ਬੋਲ, ਉਹ ਵੀ ਨੇੜੀ ਹੈ ਜੀ, ਤੁਸੀਂ ਸਾਡੀ ਇੰਨੀ ਕੁ ਮਦਦ ਕਰਿਓ, ਸਾਨੂੰ ਤਿੰਨਾਂ ਦੇ ਸਰਪੰਚ ਦੇ ਨੰਬਰ ਦੇ ਦਿਓ, ਚਾਹੇ ਜੇ ਤੁਸੀਂ ਨਹੀਂ ਕਰ ਪਾਓਗੇ ਤਿੰਨਾਂ ਦੇ ਸਰਪੰਚ ਦੇ ਨੰਬਰ ਲੈ ਕੇ ਦੇ ਦਿਓ, ਅਤੇ ਅਸੀਂ ਆਪ ਉਹਨਾਂ ਨਾਲ ਗੱਲ ਕਰ ਲਾਂਗੇ ਜੀ। ਉਹ ਕੰਗ ਪਿੰਡ ਬੋਲਦਾ, ਹਾਂ ਇਹਨਾਂ ਨੇ ਸੇਵਾਦਾਰਾਂ ਨੇ ਯਾਦ ਕਰਾਇਆ। ਹਾਂਜੀ ਸੰਗਤ ਜੀ, ਸਾਡੇ ਕੋਲ ਇੱਕ ਵੀਰ ਆ ਜੀ ਰਕੇਸ਼ ਪਾਂਡੇ ਨਾਮ ਦਾ ਵੀਰ, ਅਸੀਂ ਉਹਦੀਆਂ ਫੋਟੋਆਂ ਵੀ ਸਾਂਝੀਆਂ ਕਰ ਦਾਂਗੇ, ਜੇਕਰ ਕੋਈ ਵੀਰ ਇਸ ਇਲਾਕੇ ਦੇ ਵਿੱਚੋਂ, ਉਹ ਸਾਡੇ ਕੋਲ ਕੰਗ ਪਿੰਡ ਬੋਲਦਾ ਜੀ, ਮੇਰਾ ਕੰਗ ਇੱਕੋ ਸ਼ਬਦ ਵਰਤਦਾ ਵੀਰ, ਕੰਗ, ਅਤੇ ਕੰਗ ਪਿੰਡ ਸਾਡੇ ਧਿਆਨ 'ਚ ਆਇਆ ਵੀ ਇੱਥੇ ਜਿਹੜਾ ਜਲੰਧਰ ਜ਼ਿਲ੍ਹੇ ਦੇ ਵਿੱਚ ਕਈ ਪਿੰਡ ਹੈਗੇ ਕੰਗ, ਜੇਕਰ ਕੋਈ ਵੀਰ ਜਾਣਦਾ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ, ਤਾਂ ਜੋ ਆਪਾਂ ਉਸ ਵੀਰ ਨੂੰ ਘਰ ਪਹੁੰਚਾ ਸਕੀਏ। ਅਸੀਂ ਤਸਵੀਰ ਵੀ ਨਾਲ ਲਾਉਣ ਦੀ ਕੋਸ਼ਿਸ਼ ਕਰਾਂਗੇ ਜੀ ਇਸ ਵੀਡੀਓ ਦੇ ਵਿੱਚ, ਤਾਂ ਜੋ ਆਪ ਜੀ ਨੂੰ ਪਤਾ ਲੱਗ ਸਕੇ ਅਸੀਂ ਕਿਹੜੇ ਵੀਰ ਦੀ ਗੱਲ ਕਰਦੇ ਹਾਂ। ਪਤਾ ਨਹੀਂ ਉਹ ਕਿੰਨੇ ਕੁ ਸਾਲਾਂ ਤੋਂ, ਹੋ ਸਕਦਾ ਮਾਂ ਬਾਪ ਉਡੀਕਦੇ ਹੋਣ ਘਰਾਂ 'ਚ, ਹੋ ਸਕਦਾ ਭੈਣ ਭਰਾ ਪਰੇਸ਼ਾਨ ਹੋਣ, ਹੈ ਨਾ, ਇਸ ਕਰਕੇ ਆਪ ਜੀ ਧਿਆਨ ਦਿਓ, ਇਸ ਵੀਡੀਓ ਨੂੰ ਜ਼ਰੂਰ ਸਾਂਝੀ ਕਰਿਓ, ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਭੈਣ ਭਰਾਵਾਂ ਨੂੰ, ਤਾਂ ਜੋ ਜਿਹੜੀ ਉਸ ਵੀਰ ਦਾ ਵੀ ਘਰ ਆਪਾਂ ਨੂੰ ਮਿਲ ਸਕੇ ਜੀ। ਸ਼ੇਰਾ ਤੁਸੀਂ ਦੇਖੋ, ਅਸੀਂ ਪਹਿਲਾਂ ਵੀ ਦੱਸਿਆ ਸ਼ੇਰਾ ਵੀ ਕਿਸੇ ਟਾਈਮ ਵੀਰ ਜਿਹੜਾ ਬਿਮਾਰ ਹੋ ਗਿਆ ਸੀ, ਪਰ ਅੱਜ ਦੇਖੋ ਤੁਸੀਂ ਸੇਵਾ ਕਰਦਾ ਵੀਰ। ਸ਼ੇਰੇ ਵੀਰੇ ਬਿਠਾਓ ਵੀਰ ਨੂੰ, ਵਾਜਗਾ ਚਰਨਜੀਤ। ਚਲੋ ਵੀਰੇ, ਕੋਈ ਤੁਸੀਂ ਨਾ ID ਪਰੂਫ ਹੈ ਇਹਦੇ ਘਰ ਦੇ ਵਿੱਚ ਕੋਈ ਚੀਜ਼ ਆ ਜੀ, ਉਹ ਤੁਸੀਂ 2-3 ਜ਼ਿੰਮੇਵਾਰ ਬੰਦੇ ਲਾ ਕੇ ਨਾ ਜੀ ਤਲਾਸ਼ੀ ਲੈ ਲਿਓ, ਹੈ ਨਾ, ਦੇਖ ਲਿਓ। ਆਜੋ ਭੈਣੇ, ਆਜੋ ਜੀ, ਸਾਰੀ ਆਜੋ ਵੀਰ। ਵਾਹਿਗੁਰੂ ਸੱਚੇ ਵਾਹਿਗੁਰੂ। ਸ਼ੇਰੇ ਦੇਖ ਲਾ ਵੀਰ, ਹੈ ਨਾ, ਕਿਵੇਂ ਬਿਮਾਰ ਹੋ ਗਿਆ ਯਾਰ, ਹੈਂ ਸ਼ੇਰੇ, ਕੀ ਕਾਰਨ ਬਣ ਗਏ ਵੀਰੇ? ਬਿਠਾਓ ਜੀ ਵੀਰ ਨੂੰ, ਚੱਪਲਾਂ ਕਢਾ ਦਿਓ ਜੀ ਤੁਸੀਂ ਚਰਨਜੀਤ ਵੀਰੇ, ਚੱਪਲਾਂ ਕੱਢ ਦਿਓ, ਹੈ ਨਾ, ਕੋਈ ਗੱਲ ਨਹੀਂ, ਆਪਾਂ ਚੱਪਲਾਂ ਨਵੀਆਂ ਪਾ ਲਾਂਗੇ, ਹੈਂ, ਬੈਠੋ ਚਰਨਜੀਤ ਵੀਰੇ। ਔਰ ਹੁਣ ਅਸੀਂ ਜਿਹੜਾ ਚਾਲੇ ਪਾਵਾਂਗੇ ਜੀ ਪਟਿਆਲੇ ਲਚਕਾਣੀ ਪਿੰਡ ਨੂੰ, ਅਸੀਂ ਹੁਣ ਅੱਗੇ 20-25 ਕਿਲੋਮੀਟਰ ਦੀ ਦੂਰੀ 'ਤੇ ਇੱਕ ਵੀਰ ਨੂੰ ਹੋਰ ਜਿਹੜਾ ਅਸੀਂ ਲੈ ਕੇ ਜਾਣਾ ਆਪਣੇ ਨਾਲ, ਉਹ ਵੀ ਬਜ਼ੁਰਗ ਬਹੁਤ ਜ਼ਿਆਦਾ ਪ੍ਰੋਬਲਮ 'ਚ ਨੇ। ਚੱਪਲਾਂ ਕੱਢ ਦਿਓ ਬਾਹਰ ਵੀਰੇ, ਥੱਲੇ ਰੱਖ, ਹਾਂ
ਲਾ ਲਓ ਡਾਲਾ ਲਾ ਲਓ, ਚੜੋ ਵੀਰੇ ਵਿੱਚ, ਸ਼ੇਰੇ ਰਾਜੂ ਚੜੋ ਵੀਰੇ, ਸ਼ੇਰੇ ਨੂੰ ਵੀ ਸੇਮ ਹਾਲਾਤਾਂ 'ਚੋਂ ਲੈ ਕੇ ਗਏ ਸੀ ਅਸੀਂ ਜੀ। ਬਿਲਕੁਲ ਬਿਲਕੁਲ ਜੀ, ਸੇਮ ਇੱਦੋਂ ਹਾਲਾਤ ਮਾੜੇ ਸੀਗੇ ਜੀ ਸ਼ੇਰੇ ਦੇ। ਮੈਂ ਜੀ ਮੈਂ ਤੁਹਾਨੂੰ ਵੀਡੀਓ ਭੈਣੇ ਸ਼ੇਅਰ ਕਰੂੰਗਾ, ਸਪੈਸ਼ਲੀ ਤੁਸੀਂ ਇਹਨੂੰ ਮਿਲੇ ਹੋ ਇਸ ਟਾਈਮ, ਤੁਸੀਂ ਦੇਖਿਓ ਤੁਸੀਂ ਹੈਰਾਨ ਰਹਿ ਜਾਓਗੇ। ਅੱਜ ਸ਼ੇਰ ਆ ਪੂਰੀ ਐਨ ਮਤਲਬ ਗੇਟ 'ਚ ਸਿਕਿਉਰਿਟੀ ਵੀ ਜੀ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ। ਤੁਸੀਂ ਬਹੁਤ ਵੱਡਾ ਪਰਿਵਾਰ ਦੇ ਦਿੱਤਾ ਵੀਰੇ ਨੂੰ, ਕੋਈ ਆਵੇ ਨਾ ਆਵੇ ਠੀਕ ਆ, ਆਉਣਾ ਮੈਨੂੰ ਲੱਗਦਾ ਆਉਣਾ ਬਣਦਾ ਤੁਹਾਡਾ, ਤੁਹਾਡਾ ਆਪਦਾ ਰਿਸ਼ਤਾ ਆ, ਖੂਨ ਦੇ ਰਿਸ਼ਤੇ ਹੁੰਦੇ ਆ ਹੈ ਨਾ, ਪਰ ਉੱਦਾਂ ਸ਼ੇਰੇ ਵੀਰ ਨੂੰ ਪਾਲ ਵੀਰੇ ਨੇ ਬਹੁਤ ਹੀ ਵੱਡਾ ਪਰਿਵਾਰ ਦੇ ਦਿੱਤਾ ਆ। ਅਸੀਂ ਸਾਰੇ ਭੈਣ ਭਰਾ ਬਾਕੀ ਜਿੰਨਾ ਪੰਜਾਬ ਦੇਖਦਾ ਉਹ ਸਾਰਾ ਵੀਰੇ ਦੇ ਨਾਲ ਆ। ਗੁਰੂ ਮਹਾਰਾਜ ਕਿਰਪਾ ਕਰਨੀ ਜੀ, ਜੀ ਗੱਲ ਤਾਂ ਇੱਥੋਂ ਹੀ ਹੋਇਆ ਸਾਰਾ, ਜੇ ਫੈਮਿਲੀ ਸਾਥ ਦੇ ਦਿੰਦੀ ਜੀ ਫਿਰ ਆਹ ਹਾਲਾਤ ਨਾ ਹੁੰਦੇ। ਚਲੋ ਮਹਾਰਾਜ ਦੇ ਰੰਗ ਜੀ, ਹੁਣ ਕਿਸੇ ਨੂੰ ਕਸੂਰਵਾਰ ਤਾਂ ਨਹੀਂ ਠਹਿਰਾ ਸਕਦੇ, ਪਰ ਜੋ ਲਿਖਿਆ ਸੀ ਉਹ ਹੋ ਗਿਆ ਜੀ ਹੈ ਨਾ, ਪਰ ਸਾਨੂੰ ਕਿਤੇ ਨਾ ਕਿਤੇ ਨਾ ਜੀ ਵਿਰੋਧਤਾਵਾਂ ਛੱਡਣੀਆਂ ਪੈਣਗੀਆਂ। ਸਾਨੂੰ ਇਹ ਚੀਜ਼ ਛੱਡਣੀ ਪਊਗੀ ਵੀ ਮੈਂ ਇਹਨੂੰ ਕਹਿੰਦਾ ਸੀ ਤੂੰ ਉਹ ਸ਼ਰਾਬ ਪੀਂਦਾ, ਚਲੋ ਮੰਨ ਲਓ ਇਨਸਾਨ ਕੋਈ ਸ਼ਰਾਬ ਪੀਂਦਾ ਸੀ, ਜਦੋਂ ਉਹਦੇ ਆਹ ਹਾਲਾਤ ਹੋ ਗਏ ਫਿਰ ਕੁਝ ਲੋਕ ਕਹਿੰਦੇ ਨੇ ਅਸੀਂ ਇਹਨੂੰ ਰੋਕਿਆ ਸੀ ਬਈ ਇਹ ਸ਼ਰਾਬ ਪੀਂਦੇ ਰਹਿੰਦਾ ਸੀ, ਉਹ ਇੱਕੋ ਗੱਲ ਚੱਕ ਲੈਣੀ। ਮੈਨੂੰ ਲੱਗਦਾ ਵੀ ਜਦੋਂ ਪ੍ਰੋਬਲਮ 'ਚ ਹਾਂਜੀ ਨਸ਼ਾ ਕੋਈ ਨਹੀਂ ਕਰਦੀ, ਮੈਂ ਤਾਂ ਉਦਾਹਰਨ ਦਿੱਤੀ ਹੈ ਤੁਹਾਨੂੰ ਵੀ ਆਪਾਂ ਨੂੰ ਪਿਛਲੀ ਗੱਲ ਛੱਡਣੀ ਪਊਗੀ ਜੀ, ਜਦੋਂ ਕੋਈ ਬਿਮਾਰ ਆ ਤਾਂ ਉਹਨੂੰ ਉਸੇ ਹਾਲਾਤਾਂ ਦੇ ਆਧਾਰ 'ਤੇ ਆਪਾਂ ਨੂੰ ਮਦਦ ਕਰਨੀ ਪਊਗੀ ਜੀ। ਸਾਨੂੰ ਸਾਡਾ ਜਿਹੜਾ ਫਰਜ਼ ਯਾਦ ਰੱਖਣਾ ਪਊਗਾ, ਆਪਾਂ ਇੱਕ ਮਾਂ ਦੇ ਪੇਟੋਂ ਨਿਕਲੇ ਹਾਂ, ਦੇਖੋ ਭੂਆ ਫੁੱਫੜ ਚਾਚੇ ਤਾਏ ਮਾਮੇ ਜੋ ਵੀ ਨੇ, ਆਪਾਂ ਨੂੰ ਫਰਜ਼ ਅਦਾ ਕਰਨਾ ਪਊ। ਜੇ ਕੋਈ ਪ੍ਰੋਬਲਮ 'ਚ ਆਉਂਦੀਆਂ ਬੁਰਾਈਆਂ ਛੱਡਣੀਆਂ ਪੈਣਗੀਆਂ ਵੀਰੇ, ਪਰ ਅਸੀਂ ਦੇਖਦੇ ਹਾਂ ਉੱਥੇ ਇੱਕ ਬੁਰਾਈਆਂ ਨੂੰ ਲੈ ਕੇ ਜੀ, ਇਹਨੇ ਜੀ ਇੱਕ ਬੰਦੇ ਨੇ ਜ਼ਮੀਨ ਵੇਚਤੀ ਵਿਚਾਰੇ ਨੇ ਕਿਸੇ ਪ੍ਰੋਬਲਮ 'ਚ, ਉਹ ਮੈਂਟਲੀ ਹੋ ਗਿਆ, ਉਦੋਂ ਬਾਅਦ ਅਸੀਂ ਇਹਨੂੰ ਕਿਹਾ ਤੀ ਜੀ ਜ਼ਮੀਨ ਨਾ ਵੇਚ, ਉਹ ਹੁਣ ਉਹਨੂੰ ਜਿਵੇਂ ਸਹੀ ਲੱਗਿਆ ਜੀ, ਪਰ ਉਹਦੀ ਇੱਕ ਗੱਲ ਨੂੰ ਲੈ ਕੇ ਉਹਦੀ ਸਾਰੀ ਲਾਈਫ ਦੇ ਵਿੱਚ ਉਹਦੀ ਮਦਦ ਨਹੀਂ ਕੀਤੀ ਵਿਚਾਰੇ ਦੀ। ਜੇ ਉਹਨੂੰ ਭੁੱਲ ਜਾਂਦੇ ਵੀ ਬਿੱਗੀ ਬਕਾ ਗਈ ਇਸ ਟਾਈਮ ਪ੍ਰੋਬਲਮ 'ਚ ਇਹਦੀ ਮਦਦ ਤਾਂ ਕਰੀਏ, ਅਤੇ ਅਸੀਂ ਨਾ ਕੋਈ ਧਰਮ ਦੇਖਦੇ ਹਾਂ ਵੀਰੇ, ਨਾ ਸਾਡੇ ਲਈ ਕੋਈ ਹਿੰਦੂ ਨਾ ਸਿੱਖ ਨਾ ਕੋਈ ਵੀ ਨਹੀਂ, ਸਾਡੇ ਲਈ ਸਾਰੇ ਇੱਕ ਬਰਾਬਰ ਨੇ ਵੀਰੇ। ਅਸੀਂ ਜ਼ਰੂਰ ਸਿੱਖੀ ਨੂੰ ਫੋਲੋ ਕਰਦੇ ਹਾਂ, ਪਰ ਸਾਡੇ ਲਈ ਇਨਸਾਨੀਅਤ ਦਾ ਧਰਮ ਆ। ਗੁਰੂ ਮਹਾਰਾਜ ਕਿਰਪਾ ਕਰਨ ਇਹਨਾਂ ਵੀਰਾਂ ਲਈ ਬਹੁਤ ਵੱਡਾ ਘਰ ਬਣੂਗਾ, ਇੱਕ ਦਿਨ ਆਉਣ ਵਾਲੇ 2-3 ਸਾਲਾਂ ਨੂੰ ਸ਼ੁਰੂ ਕਰਾਂਗੇ, ਬਹੁਤ ਵੱਡਾ ਘਰ ਬਣੂਗਾ। ਮੈਨੂੰ ਲੱਗਦਾ ਵੀ ਕਈ 100 ਬੰਦਾ ਉਹਦੇ ਵਿੱਚ ਸਮਝੂਗਾ ਜੀ, ਕਿੰਨੇ 100 ਆਉਣਗੇ ਕਿੰਨੇ 100 ਠੀਕ ਹੋ ਜਾਣਗੇ ਜੀ, ਕਿਉਂਕਿ ਅੱਜ ਪੰਜਾਬ 'ਤੇ ਬਹੁਤ ਵੱਡੀ ਵਿਪਤਾ ਵੀਰੇ। ਜਦੋਂ ਭਗਤ ਪੂਰਨ ਸਿੰਘ ਜੀ ਦਾ ਸੀਗਾ ਨਾ ਜੀ ਆਸ਼ਰਮ, ਉਦੋਂ ਪਿੰਗਲਿਆਂ ਦੀ ਗਿਣਤੀ ਬਹੁਤ ਸੀ, ਜਿਹੜੇ ਮੈਂਟਲੀ ਜਿਹੜੇ ਸਰੀਰਕ ਤੋਂ ਅਪਾਹਜ ਰਹਿ ਜਾਂਦੇ ਸੀਗੇ ਜੀ, ਪਰ ਅੱਜ ਮਾਨਸਿਕ ਪਰੇਸ਼ਾਨ ਵੱਧ ਨੇ ਜੀ, ਜਿਵੇਂ ਤੁਸੀਂ ਬਿਮਾਰ ਹੋ ਜਾਓ ਮੈਂ ਹੋ ਜਾਂ, ਜ਼ਿਆਦਾਤਰ ਬੰਦਿਆਂ ਦੀ ਗਿਣਤੀ ਆ ਭੈਣੇ ਜਿਹੜੀ ਇੱਦਾਂ ਦੇ ਵੀਰਾਂ ਦੀ। ਚਰਨਜੀਤ ਹੋ, ਚਰਨਜੀਤ ਵੀਰੇ ਠੀਕ ਆ, ਜੀ ਲਾ ਲੇਗਾ, ਜੀ ਲਾ ਲੇਗਾ ਵੀਰੇ, ਹੈ ਵੀਰੇ ਚਰਨਜੀਤ ਵੀਰੇ ਯਾਦ ਕਰਕੇ ਦੇਖ, ਆ ਗਲੀਆਂ ਦੇ ਵਿੱਚ ਖੇਡਿਆ ਛੋਟਾ ਹੁੰਦਾ ਵੀਰੇ, ਜਵਾਕਾਂ ਨਾਲ ਖੇਡਿਆ ਵੀਰੇ, ਸਾਰੀ ਮੈਂਬਰੀ ਜਿਹੜੀ ਬੰਦੇ ਦੀ ਵਾਹਿਗੁਰੂ। ਜਿਹੜੀ ਨਾ ਜੀ ਇੱਕ ਮੂਵੀ ਆਈ ਹੈ ਦਾ ਗੋਟ ਲਾਈਫ, ਉਹ ਤੁਸੀਂ ਜ਼ਰੂਰ ਦੇਖਿਓ, ਉਹਦੇ ਵਿੱਚ ਦਿਖਾਇਆ ਗਿਆ ਜਿਹੜੇ ਬੰਧੂਆ ਮਜ਼ਦੂਰ ਹੁੰਦੇ ਨੇ, ਉਹਦੇ ਵਿੱਚ ਵੀ ਇੱਦਾਂ ਹੀ ਬੰਦਿਆਂ ਦੀ ਕਿਵੇਂ ਮੈਂਬਰੀ ਜਾਂਦੀ ਆ, ਇਨਸਾਨ 'ਤੇ ਕਿਵੇਂ ਕਿਵੇਂ ਵਿਪਤਾ ਪੈਂਦੀ ਆ, ਤੁਸੀਂ ਜ਼ਰੂਰ ਦੇਖਿਓ ਦਾ ਗੋਟ ਲਾਈਫ ਮੂਵੀ ਨੈੱਟਫਲਿਕਸ 'ਤੇ, ਤੁਹਾਨੂੰ ਪਤਾ ਲੱਗੂ ਜਿਹੜੇ ਬੰਧੂਆ ਮਜ਼ਦੂਰੀ ਪੂਰੀ ਦੁਨੀਆ ਦੇ ਵਿੱਚ ਆ, ਉਹਨਾਂ ਨੂੰ ਕਿਵੇਂ ਕੈਦ ਕੀਤਾ ਜਾਂਦਾ ਅਤੇ ਕਿਵੇਂ ਉਹਨਾਂ 'ਤੇ ਤਸ਼ੱਦਦ ਹੁੰਦਾ ਅਤੇ ਕਿਵੇਂ ਉਹ ਨਿਕਲਦੇ ਨੇ, ਫਿਰ ਉਹ ਬੜੇ ਬਜ਼ੁਰਗ ਬਣ ਕੇ ਸੜਕਾਂ 'ਤੇ ਆ ਜਾਂਦੇ ਨੇ, ਅਤੇ ਫਿਰ ਕੁਝ ਲੋਕ ਉਹਨਾਂ ਦੀ ਮਦਦ ਕਰਦੇ ਨੇ ਕੁਝ ਨਹੀਂ ਕਰਦੇ ਨੇ, ਇਸ ਕਰਕੇ ਇਸ ਵੀਰ ਦੀ ਮੈਂਬਰੀ ਤੋਂ ਮੇਰੀ ਗੱਲ ਯਾਦ ਆ ਗਈ ਚਰਨਜੀਤ। ਠੀਕ ਆ ਵੀਰੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਚਲੋ ਜੀ, ਵਾਹਿਗੁਰੂ ਸੱਚਾ ਪਾਤਸ਼ਾਹ।
ਧੰਨ ਧੰਨ ਸ਼੍ਰੀ ਗੁਰੂ ਸਾਹਿਬ ਜੀ ਮਹਾਰਾਜ। ਵਾਹਿਗੁਰੂ ਜੀ ਬੜੀ